ਇੱਕ ਦੂਜੀ ਭੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ ਏਤਰਾ ਪਤ ਪੌੜੀਆਂ ਚੜੀਏ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਥੀ ਜਪਜੀ ਸਾਹਿਬ ਦੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਜਗਤ ਗੁਰੂ ਬਾਬੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਜੋ ਮਾਰਗ ਦੱਸਿਆ ਹੈ ਉਹਦੇ ਬਾਰੇ ਇਹ ਜਾਣਕਾਰੀ ਦਿੱਤੀ ਹੈ, ਉਹ ਚੜ੍ਹਾਈ ਦਾ ਮਾਰਗ ਹੈ, ਉਹ ਘਾਟੀ ਹੈ, ਉਹ ਸਮਤਲ ਨਹੀਂ ਹੈ, ਉਹ ਮੈਦਾਨੀ ਇਲਾਕਾ ਨਹੀਂ ਹੈ। ਦੇਸ਼ ਭਰ ਦੇ ਸੰਤ ਜਨਾਂ ਨੇ ਜਦ ਉਸ ਮਾਰਗ ਦਾ ਜ਼ਿਕਰ ਕੀਤਾ ਹੈ ਤਾਂ ਮਾਰਗ ਦੀ ਦਿਖਮਤਾ ਉਹਨਾਂ ਨੇ ਦੱਸੀ ਹੈ, ਔਰ ਇਹ ਵੀ ਦੱਸਿਆ ਹੈ ਕਿ ਹਰ ਬੰਦੇ ਦੇ ਇਹ ਵੱਸ ਦੀ ਗੱਲ ਨਹੀਂ ਕਿ ਇਹਨਾਂ ਚੜ੍ਹਾਈਆਂ ਦੇ ਉੱਤੇ ਉਹ ਚੜ੍ਹ ਸਕੇ। ਇਹ ਠੀਕ ਹੈ ਕਿ ਸਰੀਰ ਚਾਹੇ ਜਿਸ ਢੰਗ ਦਾ ਹੋਵੇ, ਮਨੁੱਖ ਸਹਿਜੇ ਸਹਿਜੇ ਪਹਾੜਾਂ ਦੀ ਬੁਲੰਦੀ 'ਤੇ ਚੜ੍ਹ ਜਾਂਦਾ ਹੈ, ਜਾਂ ਉੱਥੇ ਤੱਕ ਚੜ੍ਹਨ ਦੇ ਕੋਈ ਸਾਧਨ ਹੋਰ ਵੀ ਉਪਲਬਧ ਹੋ ਸਕਦੇ ਨੇ। ਬੰਦਾ ਘੋੜੇ 'ਤੇ ਬੈਠ ਕੇ ਜਾ ਸਕਦਾ ਹੈ, ਪਿੱਠੂ 'ਤੇ ਬੈਠ ਕੇ ਪਹਾੜਾਂ ਦੀ ਸਿਖਰ ਤੱਕ ਪਹੁੰਚ ਸਕਦਾ ਹੈ, ਪਰ ਇਹ ਪਰਮਾਤਮਾ ਦਾ ਜੋ ਦਰ ਹੈ ਜਿੱਥੇ ਤੱਕ ਪਹੁੰਚਣਾ ਹੈ, ਮਨੁੱਖ ਦੀ ਸੁਰਤ ਨੇ, ਮਨੁੱਖ ਦੇ ਧਿਆਨ ਨੇ, ਉਹ ਤੋਂ ਸਵੈਮ ਹੀ ਤੋਰਨਾ ਪਏਗਾ, ਹੋਰ ਕੋਈ ਸਾਧਨ ਉਪਲਬਧ ਵੀ ਨਹੀਂ ਹੋ ਸਕਦਾ। ਇਸ ਮਾਰਗ ਦੇ ਉੱਤੇ ਸੁਰਤ ਨੂੰ ਸਵੈਮ ਤੋਰਨਾ ਪਏਗਾ, ਫਿਰ ਇਸ ਮਾਰਗ ਦੇ ਉੱਤੇ ਭੀੜ ਵੀ ਨਹੀਂ ਮਿਲੇਗੀ। ਅਕਸਰ ਮਨੁੱਖ ਨੂੰ ਢਾਰਸ ਮਿਲ ਜਾਂਦੀ ਹੈ ਜਦ ਅੱਗੇ 10-20 ਬੰਦੇ ਜਾ ਰਹੇ ਹੋਣ ਅਤੇ 10-20 ਪਿੱਛੋਂ ਆ ਰਹੇ ਹੋਣ, ਅਤੇ ਬੰਦੇ ਦੀ ਢਾਰਸ ਵੱਜ ਜਾਂਦੀ ਹੈ ਕਿ ਮੇਰੇ ਅੱਗੇ ਵੀ ਕੋਈ ਜਾ ਰਿਹਾ ਹੈ, ਮੇਰੇ ਪਿੱਛੇ ਵੀ ਕੋਈ ਆ ਰਿਹਾ ਹੈ। ਪਰ ਇਹ ਮਾਰਗ ਐਸਾ ਹੈ, ਸਨਾਟਾ ਹੈ, ਇੱਥੇ ਅੱਗੇ ਜਾਂਦੇ ਹੋਏ ਨਹੀਂ ਮਿਲਣਗੇ, ਔਰ ਇੱਥੇ ਪਿੱਛੇ ਵੀ ਨਕਸ਼ੇ ਕਦਮ 'ਤੇ ਚੱਲਦੇ ਹੋਏ ਨਹੀਂ ਮਿਲਣਗੇ। ਇਸ ਵਾਸਤੇ ਮਾਯੂਸੀ ਘੇਰਦੀ ਹੈ, ਉਪਰਾਮਤਾ ਘੇਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਉਪਰਾਮਤਾ ਦਾ ਜ਼ਿਕਰ ਕੀਤਾ ਹੈ, ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਜਾ ਕੇ। ਬਹੁਤ ਖੋਜ ਕੀਤੀ ਹੈ, ਬਹੁਤ ਖੋਜ ਕੀਤੀ ਹੈ, ਹੁਣ ਨਿਰਾਸ਼ਾ ਨੇ ਘੇਰ ਲਿਆ, ਉਪਰਾਮਤਾ ਨੇ ਘੇਰ ਲਿਆ। ਦੂਸਰਾ, ਇੱਥੇ ਸਮਾਂ ਨਿਸ਼ਚਿਤ ਵੀ ਨਹੀਂ ਕਿ ਕਿੰਨੇ ਦਿਨ ਚੱਲਣਾ ਪਏਗਾ ਔਰ ਕਿੰਨਾ ਕੁ ਚੱਲਣਾ ਪਏਗਾ, ਨਿਸ਼ਚਿਤ ਨਹੀਂ ਹੈ। ਸਮਾਂ ਨਿਰਧਾਰਿਤ ਨਹੀਂ ਵੀ ਚਲੋ ਅਤੇ ਇਤਨੇ ਸਮੇਂ ਤੋਂ ਬਾਅਦ ਉਸ ਮੰਜ਼ਲੇ ਮਕਸੂਦ 'ਤੇ ਪਹੁੰਚ ਜਾਓਗੇ। ਮਾਰਗ ਦੀ ਇਸ ਵਿਖਮਤਾ ਦਾ ਜ਼ਿਕਰ ਭਗਤ ਸਿਰਮੌਰ ਸ਼੍ਰੀ ਕਬੀਰ ਜੀ ਮਹਾਰਾਜ ਨੇ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤਿਹ ਚੜ ਰਹੋ ਕਵੀਰ। ਚਤੁਰ ਚਲਾਕ ਬੰਦੇ, ਸਿਆਣੇ ਬੰਦੇ
ਜੋ ਉਗਤੀਆਂ ਤੇ ਯੁਗਤੀਆਂ ਦੇ ਮਾਲਕ ਨੇ ਪ੍ਰਮਾਣਾਂ ਨਾਲ ਸਿੱਧ ਕਰਦੇ ਨੇ ਤੇ ਦੂਜੇ ਨੂੰ ਪ੍ਰਭਾਵਿਤ ਕਰ ਲੈਂਦੇ ਨੇ ਵੀ ਜਪ ਅਸੀਂ ਕਰਾਂਗੇ, ਫਲ ਤੁਹਾਡੀ ਝੋਲੀ 'ਚ ਪਏਗਾ, ਮਾਲਾ ਅਸੀਂ ਫੇਰਾਂਗੇ, ਬੈਕੁੰਠ ਤੁਹਾਨੂੰ ਮਿਲੇਗਾ, ਭੋਜਨ ਅਸੀਂ ਛਕਾਂਗੇ, ਪਹੁੰਚੇਗਾ ਤੁਹਾਡੇ ਪਿੱਤਰਾਂ ਨੂੰ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਬੰਦਿਆਂ ਦੇ ਪਿੱਛੇ ਭੀੜ ਹੀ ਭੀੜ ਚੱਲ ਪਈ ਹੈ, ਬਹੁਤ ਭੀੜ। ਲੇਕਿਨ ਇੱਕ ਔਘਟ ਘਾਟੀ ਰਾਮ ਕੀ ਤਹ ਚੜ ਰਹੋ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਕੱਲਾ ਹੀ ਜਾ ਰਿਹਾ, ਨਾ ਮੇਰੇ ਪਿੱਛੇ ਕੋਈ ਹੈ ਨਾ ਮੇਰੇ ਅੱਗੇ ਕੋਈ ਹੈ। ਇੱਥੇ ਆ ਕੇ ਉਰਦੂ ਦੇ ਪ੍ਰਸਿੱਧ ਮਹਾਨ ਦਾਰਸ਼ਨਿਕ ਸ਼ਾਇਰ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ, ਕਾਫਿਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਜਿਹੜੇ ਕਾਫਲੇ ਮੰਜ਼ਲੇ ਮਕਸੂਦ ਦੀ ਤਰਫ ਚਲੇ ਸਨ, ਕੁਛ ਪਹੁੰਚ ਗਏ, ਕੁਝ ਰਸਤੇ ਚ ਮਲੀਆ ਮੇਟ ਹੋ ਗਏ, ਹੁਣ ਰਸਤੇ ਉਜੜੇ ਪਏ। ਔਰ ਵਾਕਈ ਤੁਹਾਨੂੰ ਧਰਮ ਦੇ ਮਾਰਗ ਦਿੱਤੇ ਭੀੜ ਨਹੀਂ ਮਿਲੇਗੀ। ਇਹ ਗੱਲ ਵੱਖਰੀ ਹੈ ਕਿ ਧਰਮ ਮੰਦਰਾਂ ਦੇ ਤੁਹਾਨੂੰ ਭੀੜ ਜ਼ਰੂਰ ਮਿਲੇਗੀ, ਧਾਰਮਿਕ ਅਸਥਾਨਾਂ ਦੇ ਉੱਤੇ ਤੁਹਾਨੂੰ ਭੀੜ ਜ਼ਰੂਰ ਮਿਲੇਗੀ, ਤੀਰਥ ਅਸਥਾਨਾਂ ਤੇ ਭੀੜ ਮਿਲੇਗੀ। ਪਰ ਕਿਸੇ ਦਾ ਜੀਵਨ ਤੀਰਥ ਬਣ ਗਿਆ ਹੋਵੇ, ਕਿਸੇ ਦਾ ਜੀਵਨ ਹੀ ਭਗਵਾਨ ਦਾ ਮੰਦਰ ਬਣ ਗਿਆ ਹੋਵੇ, ਇਸ ਤਰ੍ਹਾਂ ਦੀ ਜ਼ਿੰਦਗੀ ਤੁਹਾਨੂੰ ਬਹੁਤ ਘੱਟ ਮਿਲੇਗੀ, ਬਹੁਤ ਘੱਟ ਮਿਲੇਗੀ। ਜੀਵਨ ਜਿਤਨੇ ਚਿਰ ਤੱਕ ਮੰਦਰ ਨਹੀਂ ਬਣਿਆ, ਇਤਨੇ ਚਿਰ ਤੱਕ ਮਨੁੱਖ ਦੇ ਧਾਰਮਿਕ ਹੋਣ ਦੇ ਉੱਤੇ ਸ਼ੱਕ ਕੀਤਾ ਜਾ ਸਕਦਾ। ਭਗਤ ਪੀਪਾ ਜੀ ਕਹਿ ਰਹੇ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਮੇਰੀ ਕਾਇਆ ਹੀ ਦੇਵਲ ਬਣ ਗਈ ਹੈ, ਮੰਦਰ ਬਣ ਗਈ ਹੈ। ਕਿਉਂ? ਕਾਇਆ ਦੇ ਦੇਵਤਾ ਪ੍ਰਗਟ ਹੋ ਗਏ, ਪ੍ਰਭੂ ਪ੍ਰਗਟ ਹੋ ਗਏ, ਤੇ ਪ੍ਰਭੂ ਦੇ ਪ੍ਰਗਟ ਹੁੰਦਿਆਂ ਕਾਇਆ ਕਾਇਆ ਨਹੀਂ ਰਹੀ, ਹਰੀ ਮੰਦਰ ਬਣ ਗਈ ਹੈ। ਮਹਾਰਾਜ ਫਰਮਾਨ ਕਰਦੇ ਨੇ, ਹਰੀ ਮੰਦਰ ਇਹੋ ਸਰੀਰ ਹੈ ਕਿਸ ਵਿੱਚ ਸੱਚੇ ਕਾ ਵਾਸਾ, ਸੱਚ ਨੂੰ ਪ੍ਰਗਟ ਕੋਈ ਕਰ ਲਵੇ, ਕਾਇਆ ਹਰੀ ਮੰਦਰ ਹੈ ਤੇ ਸੱਚ ਨੂੰ ਜਿਤਨੇ ਚਿਰ ਤੱਕ ਪ੍ਰਗਟ ਨਹੀਂ ਕੀਤਾ, ਇਹ ਕਾਇਆ ਮਲਮੂਤਰ ਦਾ ਥੇਲਾ ਹੈ, ਇਹ ਗੰਦਗੀ ਦਾ ਢੇਰ ਹੈ, ਇਹ ਨਾਪਾਕ ਹੈ। ਸਾਹਿਬਾਂ ਦਾ ਫਰਮਾਨ ਹੈ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾਪਾਕ। ਜੇ ਉਸ ਇੱਕ ਨੂੰ ਤੂੰ ਜਾਣ ਲਵੇਂ ਤੇ ਪ੍ਰਗਟ ਕਰ ਲਵੇਂ, ਕਾਇਆ ਹਰੀ ਮੰਦਰ ਕਾਇਆ ਦੇਵਲ। ਪਰ ਜੇ ਤੂੰ ਉਸ ਇੱਕ ਨੂੰ ਪ੍ਰਗਟ ਨਹੀਂ ਕੀਤਾ ਔਰ ਇੱਕ ਨੂੰ ਜਾਣਿਆ ਨਹੀਂ, ਤਾਂ ਇਹ ਕਾਇਆ ਵਿਅਰਥ ਹੈ, ਇਹ ਕਾਇਆ ਗੰਦਗੀ ਦੀ ਢੇਰ ਹੈ, ਇਹ ਕਾਇਆ ਤੇ ਫਿਰ ਕੇਵਲ ਮਿੱਟੀ ਹੈ। ਤਾਂ ਪ੍ਰਭੂ ਦੇ ਦਰ ਦੀਆਂ ਜਿਹੜੀਆਂ ਪੌੜੀਆਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਉਹਨਾਂ ਦਾ ਜ਼ਿਕਰ ਕੀਤਾ ਹੈ ਤੇ ਕਬੀਰ ਕਹਿੰਦੇ ਨੇ, ਮੈਂ ਚੱਲਦਿਆਂ ਚੱਲਦਿਆਂ ਥੱਕਿਆ। ਵਾਕਈ ਮਨੁੱਖ ਥੱਕਦਾ ਹੈ ਕਿਉਂਕਿ ਚੜ੍ਹਾਈ ਹੈ। ਔਰ ਇਸ ਦਾ ਜ਼ਿਕਰ ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਨੇ ਵੀ ਕੀਤਾ, ਘਟ ਔ ਘਟ ਡੂੰਗਰ ਘਣਾ ਇੱਕ ਨਿਰਗੁਲ ਮੈਲ ਹਮਾਰ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਏ ਮੁਰਾਰ, ਏ ਪਰਿਪੂਰਨ ਪ੍ਰਮਾਤਮਾ, ਬਖਸ਼ਿਸ਼ ਕਰ, ਘਾਟੀ ਤੇ ਚੱਲਦਿਆਂ ਚੱਲਦਿਆਂ ਮੇਰਾ ਮਨ ਰੂਪੀ ਬੈਲ ਥੱਕ ਗਿਆ। ਹੁਣ ਇਸ ਮਨ ਦੇ ਉੱਤੇ ਜੋ ਮੈਂ ਧਿਆਨ ਅਸਵਾਰ ਕੀਤਾ ਹੈ, ਸੁਰਤ ਅਸਵਾਰ ਕੀਤੀ ਹੈ,
ਅਗਾਹ ਚੱਲਣਾ ਬਹੁਤ ਔਖਾ ਹੈ। ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਤੋ ਇੱਥੇ ਧਿਆਨ ਨੂੰ ਉਰਦਗਮਨ ਕਰਨਾ ਹੈ, ਸੁਰਤ ਨੂੰ ਉੱਪਰ ਚਾੜਨਾ ਹੈ। ਜ਼ਮੀਨ ਦਾ ਇੱਕ ਸੁਭਾਅ ਹੈ ਕਿ ਹਰ ਚੀਜ਼ ਨੂੰ ਆਪਣੀ ਤਰਫ ਖਿੱਚ ਲਈਏ। ਇਹ ਠੀਕ ਹੈ ਕਿ ਜ਼ਮੀਨ ਆਪਣੀ ਤਰਫ ਹਰ ਚੀਜ਼ ਨੂੰ ਖਿੱਚ ਲਈਏ, ਇਹ ਬੋਧ ਜਗਤ ਨੂੰ ਸਭ ਤੋਂ ਪਹਿਲੇ ਨਿਊਟਨ ਨੇ ਦਿੱਤਾ। ਲੇਕਿਨ ਜ਼ਮੀਨ ਤੇ ਉਦੋਂ ਤੋਂ ਹਰ ਚੀਜ਼ ਨੂੰ ਖਿੱਚ ਰਹੀ ਹੈ ਜਦੋਂ ਤੋਂ ਇਹ ਹੈ। ਇਹ ਗੱਲ ਵੱਖਰੀ ਹੈ ਕਿ ਸੂਝ ਸਮਝ ਮਨੁੱਖ ਨੂੰ ਬਾਅਦ ਵਿੱਚ ਆਈ। ਜ਼ਮੀਨ ਸਿਰਫ ਅਸਥੂਲ ਵਸਤੂ ਨੂੰ ਹੀ ਆਪਣੀ ਤਰਫ ਨਹੀਂ ਖਿੱਚਦੀ, ਸੂਖਸ਼ਮ ਨੂੰ ਵੀ ਖਿੱਚਦੀ ਹੈ, ਅਤਿ ਸੂਖਸ਼ਮ ਨੂੰ ਵੀ ਖਿੱਚਦੀ ਹੈ, ਮਨੁੱਖ ਨੂੰ ਸੁਰਤ ਨੂੰ ਵੀ ਆਪਣੀ ਤਰਫ ਖਿੱਚਦੀ ਹੈ, ਮਨੁੱਖ ਦੇ ਧਿਆਨ ਨੂੰ ਵੀ ਆਪਣੀ ਤਰਫ ਖਿੱਚਦੀ ਹੈ। ਮਨੁੱਖ ਆਪਣੀ ਸੁਰਤ ਨੂੰ ਸ਼ਬਦ ਦੇ ਆਸਰੇ ਤੇ ਉੱਚਾ ਲੈ ਜਾਣਾ ਚਾਹੇ, ਜ਼ਮੀਨ ਉਸਦੇ ਧਿਆਨ ਨੂੰ ਵੀ ਆਪਣੀ ਤਰਫ ਖਿੱਚਦੀ ਹੈ। ਜੈਸੇ ਪ੍ਰੈਸ਼ਰ ਦਾ ਮਾਰਿਆ ਹੋਇਆ, ਦਬਾਓ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਉੱਠਦਾ ਹੈ, ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਫਿਰ ਥੱਲੇ। ਕੀਰਤਨ ਸੁਣ ਲਿਆ, ਕਥਾ ਸੁਣ ਲਈਏ, ਜਪ ਕੀਤਾ, ਇਸ ਦਬਾਓ ਨਾਲ ਥੋੜਾ ਜਿਹਾ ਧਿਆਨ ਮਨੁੱਖ ਦਾ ਉਰਦਗਮਨ ਹੋਇਆ, ਸੁਰਤ ਥੋੜੀ ਜਿਹਾ ਉੱਪਰ ਉੱਠੀ ਹੈ, ਲੇਕਿਨ ਧਰਤੀ ਦੀ ਖਿੱਚ ਦੀ ਮਾਰੀ ਫਿਰ ਥੱਲੇ। ਜ਼ਿੰਦਗੀ ਦੇ ਇਹ ਉਤਾਰ ਚੜਾ ਅਭਿਆਸੀ ਬੰਦੇ ਅਕਸਰ ਰੋਜ਼ ਵੇਖਦੇ ਨੇ, ਜਿਸ ਦਾ ਜ਼ਿਕਰ ਪਾਤਸ਼ਾਹ ਦੀ ਬਾਣੀ ਵੀ ਕਰਦੀ ਹੈ। ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰ ਨਾ ਲਹਿਤ ਹੈ, ਚਾਰੇ ਕੁੰਟਾਂ ਬਾਲੇ। ਕਦੀ ਸੁਰਤ ਉੱਚੀ ਹੋ ਗਈ, ਕਦੀ ਨੀਵੀਂ ਹੋ ਗਈ, ਕਦੀ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਮੈਂ ਬਹੁਤ ਸਦਾਚਾਰੀ ਹਾਂ, ਤੇ ਕਦੀ ਗਿਲਾਨੀ ਨਾਲ ਭਰ ਜਾਂਦਾ ਹੈ। ਉਹੀ ਮਨੁੱਖ ਕਿਸੇ ਵਕਤ ਦਾਨੀ ਸੁਭਾਅ ਵਿੱਚ ਹੈ, ਕਿਸੇ ਵਕਤ ਬੇਈਮਾਨ ਹੈ, ਕਿਸੇ ਵਕਤ ਹਲੇਮ ਤਬੀਅਤ ਵਿੱਚ ਹੈ, ਕਿਸੇ ਵਕਤ ਹੰਕਾਰੀ ਹੈ, ਕਿਸੇ ਵਕਤ ਸ਼ਾਂਤਮਈ ਹੈ, ਤੇ ਕਿਸੇ ਵਕਤ ਬੜਾ ਹੀ ਬੇਚੈਨ ਹੈ, ਬਹੁਤ ਬੇਚੈਨ ਹੈ। ਇਹ ਉਤਾਰ ਚੜਾ ਹਰ ਮਨੁੱਖ ਦੀ ਜ਼ਿੰਦਗੀ ਹਰ ਰੋਜ਼ ਹੋ ਰਿਹਾ ਹੈ। ਚਾਰੋਂ ਪਾਸੇ ਤੋਂ ਕੁਛ ਪ੍ਰੇਰਨਾ ਮਿਲਦੀ ਹੈ, ਉੱਪਰ ਉੱਠ ਉੱਪਰ ਉੱਠ, ਲੇਕਿਨ ਧਰਤੀ ਆਪਣਾ ਸੁਭਾਅ ਕਿੱਥੇ ਛੋੜਦੀ ਹੈ, ਧਰਤੀ ਖਿੱਚਦੀ ਹੈ। ਤੋ ਮਨੁੱਖ ਦੀ ਸੁਰਤ ਜਦ ਥੱਲੇ ਆਏਗੀ, ਰੂਪ ਕਰਕੇ ਆਏਗੀ, ਰੰਗ ਕਰਕੇ ਆਏਗੀ, ਧਨ ਸੰਪਦਾ ਕਰਕੇ ਆਏਗੀ, ਇਹ ਸਭ ਧਰਤੀ ਦੇ ਅੰਗ ਨੇ, ਇਹ ਸਭ ਧਰਤੀ ਦੇ ਹਿੱਸੇ ਨੇ। ਲੇਕਿਨ ਧਰਤੀ ਦੀ ਕਸ਼ਿਸ਼ ਦਾ ਆਪਣਾ ਇੱਕ ਦਾਇਰਾ ਹੈ। 200 ਮੀਲ ਤੋਂ ਅੱਗੇ ਜੋ ਵਸਤੂ ਨਿਕਲ ਜਾਏ ਉਹ ਧਰਤੀ ਦੀ ਕਸ਼ਿਸ਼ ਦੇ ਦਾਇਰੇ ਤੋਂ ਅੱਗੇ ਚਲੀ ਜਾਂਦੀ ਹੈ, ਫਿਰ ਧਰਤੀ ਦੇ ਵਿੱਚ ਸਮਰੱਥਾ ਨਹੀਂ ਰਹਿ ਜਾਂਦੀ ਕਿ ਹੁਣ ਉਸ ਵਸਤੂ ਨੂੰ ਆਪਣੀ ਤਰਫ ਖਿੱਚ ਲਵੇ। ਜਪ ਕਰਦਿਆਂ, ਤਪ ਕਰਦਿਆਂ, ਸਾਧਨਾ ਕਰਦਿਆਂ ਜਦ ਕੋਈ ਮਨੁੱਖ ਆਪਣੀ ਸੁਰਤ ਇਤਨੀ ਬੁਲੰਦੀਆਂ ਤੇ ਲੈ ਜਾਂਦਾ ਹੈ, ਇਤਨੀ ਬੁਲੰਦੀਆਂ ਤੇ ਜਿੱਥੇ ਧਰਤੀ ਦੀ ਕਸ਼ਿਸ਼ ਦਾ ਦਾਇਰਾ ਹੀ ਖਤਮ ਹੋ ਜਾਂਦਾ ਹੈ, ਫਿਰ ਉਸ ਬੰਦੇ ਦੇ ਧਿਆਨ ਨੂੰ ਥੱਲੇ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ। ਔਰ ਅਸੀਂ ਦੇਖਦੇ ਹਾਂ ਦੁਨੀਆਂ ਦੇ ਲੋਕ ਥੱਕ ਗਏ ਕਿ ਸੁਰਤ ਨੂੰ ਥੱਲੇ ਲਿਆਈਏ ਇਸ ਮਹਾਂਪੁਰਸ਼ ਦੀ, ਲੇਕਿਨ ਸੁਰਤ ਥੱਲੇ ਨਹੀਂ ਲਿਆ ਸਕੇ। ਤੱਤੀ ਤਵੀ ਤੇ ਬਿਠਾ ਦਿੱਤਾ ਹੈ, ਸੁਰਤ ਉੱਪਰ ਚੜੀ ਰਹੀ। ਉਬਲਦੀ ਦੇਗ ਦੇ ਪੰਜਵੇਂ ਗੁਰੂ ਨਾਨਕ ਉਬਲ ਰਹੇ ਨੇ, ਸੁਰਤ ਬੁਲੰਦੀਆਂ ਨੂੰ ਚੂ ਰਹੀ ਹੈ, ਸੁਰਤ ਆਕਾਸ਼ ਨੂੰ ਚੁੰਮ ਰਹੀ ਹੈ, ਪ੍ਰਭੂ ਦੇ ਦਰ ਤੇ ਕਦਮ ਬੋਸੀ ਕਰ ਰਹੀ ਹੈ। ਗਰਮ ਗਰਮ ਰੇਤਾ ਸੀਸ ਵਿੱਚ ਪਾਇਆ ਜਾ ਰਿਹਾ, ਲੇਕਿਨ ਅੰਦਰ ਦੀ ਸ਼ਾਂਤੀ ਉਹ ਠੰਡ ਉਸੇ ਤਰੀਕੇ ਨਾਲ ਬਣੀ ਹੋਈ ਹੈ।
ਦੇਖਣ ਦੇ ਚ ਆਇਆ ਹੈ। ਦਿੱਲੀ ਦੇ ਚਾਂਦਨੀ ਚੌਂਕ ਦੇ ਚ ਆਰੇ ਨਾਲ ਦੋ ਟੁਕੜੇ ਹੋ ਗਏ ਭਾਈ ਮਤੀ ਦਾਸ ਦੇ, ਪਰ ਉਹਦੀ ਸੁਰਤ ਦੇ ਦੋ ਟੁਕੜੇ ਨਾ ਹੋ ਸਕੇ। ਉਹਦੀ ਸੁਰਤ ਉਸੇ ਤਰੀਕੇ ਨਾਲ ਯਕਸੂ ਹੈ, ਇੱਕ ਹੈ। ਤੋ ਜਿਸ ਦਿਨ ਸੁਰਤ ਉਸ ਦਾਇਰੇ ਨੂੰ ਛੂਹ ਲੈਂਦੀ ਹੈ, ਉਸ ਬੁਲੰਦੀ ਨੂੰ ਛੂਹ ਲੈਂਦੀ ਹੈ ਜਿੱਥੇ ਧਰਤੀ ਦੀ ਕਸ਼ਿਸ਼ ਖਤਮ ਹੈ, ਫਿਰ ਇਸ ਤਰ੍ਹਾਂ ਦੀ ਬੰਦੇ ਦੀ ਸੁਰਤ ਨੂੰ ਥੱਲੇ ਲਿਆਉਣਾ ਬਹੁਤ ਔਖਾ ਹੈ। ਔਰ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਹੀ ਕਹਿੰਦੇ ਨੇ ਪੂਰਨ ਪੁਰਖ, ਜਿਹਨੇ ਬੁਲੰਦੀਆਂ ਨੂੰ ਛੂਹ ਲਿਆ। ਐਸੀ ਬੁਲੰਦੀਆਂ ਨੂੰ ਹੁਣ ਜਿੱਥੇ ਤਨਜ਼ਲੀ ਨਹੀਂ ਹੈ, ਜਿੱਥੇ ਜ਼ਵਾਲ ਨਹੀਂ ਹੈ, ਜਿੱਥੇ ਪੱਤਣ ਨਹੀਂ ਹੈ, ਜਿੱਥੇ ਢਹਿੰਦੀ ਕਲਾ ਨਹੀਂ ਹੈ, ਉਸ ਦਰ ਤੱਕ ਪਹੁੰਚਣ ਦਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਬੜੇ ਸੁੰਦਰ ਢੰਗ ਨਾਲ ਬਖਾਨ ਪਏ ਕਰਦੇ ਨੇ। ਮੂਲ ਪੰਕਤੀ ਇਸ ਪੌੜੀ ਦੀ ਇਹ ਹੈ, ਏਤ ਰਾ ਪਤ ਪੌੜੀਆਂ ਚੜੀਏ ਹੋਏ ਇਕੀ, ਏਤ ਰਾ ਪਤ ਪੌੜੀਆਂ, ਇਹ ਮਾਰਗ ਹੈ। ਇਹ ਪੌੜੀਆਂ ਨੇ ਕਿੱਥੋਂ ਦੀਆਂ, ਪਤੀ ਦੇ ਦਰ ਦੀਆਂ, ਪਤੀ ਦੇ ਮਹਿਲ ਦੀਆਂ, ਪਰਮਾਤਮਾ ਦੇ ਮਹਿਲ ਦੀਆਂ। ਚੜੀਏ ਹੋਏ ਇੱਕ ਈਸ, ਕੋਈ ਚੜੇ ਤੋ ਇੱਕ ਈਸ ਬਣ ਜਾਏ, ਇੱਕ ਈਸ਼ਵਰ ਬਣ ਜਾਏ, ਉਸ ਇੱਕ ਦੇ ਚਲੀਨ ਹੋ ਕੇ ਇੱਕ ਈਸ਼ਵਰ ਹੋ ਜਾਏ। ਪਰ ਹੁਣ ਇਹ ਚੜਨਾ ਕਿਸ ਤਰ੍ਹਾਂ ਹੈ, ਸੁਰਤ ਨੂੰ ਕਿਵੇਂ ਚਾੜੀਏ, ਇਹ ਤੇ ਸਾਨੂੰ ਪਤਾ ਹੈ ਕਿ ਪੌੜੀਆਂ ਤੇ ਚੜ ਕੇ ਕਿਵੇਂ ਸਰੀਰ ਨੂੰ ਚਾੜੀਦਾ। ਪਰ ਸੁਰਤ ਲਈ ਪੌੜੀ ਕਿਹੜੀ ਹੈ, ਧਿਆਨ ਲਈ ਪੌੜੀ ਕਿਹੜੀ ਹੈ, ਔਰ ਕਿਸ ਪੌੜੀ ਦੇ ਉੱਤੇ ਆਪਣੀ ਸੁਰਤ ਨੂੰ ਚਾੜਨਾ ਹੈ, ਆਪਣੇ ਧਿਆਨ ਨੂੰ ਬੁਲੰਦੀਆਂ ਤੱਕ ਲੈ ਜਾਣਾ ਹੈ, ਤੇ ਇਸ ਪਾਵਨ ਪਵਿੱਤਰ ਪੌੜੀ ਦੇ ਜਗਤ ਗੁਰੂ ਬਾਬਾ ਇਸ ਢੰਗ ਨਾਲ ਦੱਸਦੇ ਨੇ, ਇੱਕ ਦੂਜੀ ਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀ। ਗਿਆਨ ਇੰਦਰੇ ਜਿਤਨੇ ਪਰਿਪੂਰਨ ਪਰਮਾਤਮਾ ਨੇ ਬਖਸ਼ੇ ਨੇ ਸਾਰੇ ਮਹਾਨ ਨੇ, ਪਰ ਅੱਖ ਤੇ ਕੰਨ ਤੇ ਰਸਨਾ ਇਹ ਸਿਰਮੌਰ ਨੇ। ਔਰ ਇਹ ਬਹੁਤ ਵੱਡੀ ਸੱਚਾਈ ਹੈ ਕਿ ਅੰਧਾ ਬੰਦਾ ਵਿਗਿਆਨਿਕ ਨਹੀਂ ਬਣ ਸਕਦਾ, ਪਰ ਗੁੰਗਾ ਤੇ ਬਹਿਰਾ ਬੰਦਾ ਸੰਤ ਵੀ ਨਹੀਂ ਹੋ ਸਕਦਾ, ਭਗਤ ਵੀ ਨਹੀਂ ਹੋ ਸਕਦਾ। ਕਿਉਂਕਿ ਜਿੱਥੇ ਵਿਗਿਆਨ ਦੀ ਸਾਰੀ ਖੋਜ ਸਾਰੀ ਸਾਧਨਾ ਅੱਖ ਦੇ ਆਸੇ ਤੇ ਖੜੀ ਹੈ, ਉੱਥੇ ਧਰਮ ਦੀ ਸਾਰੀ ਸਾਧਨਾ ਜ਼ਬਾਨ ਤੇ ਖੜੀ ਹੈ। ਰਚਣਾ ਹੀ ਨਹੀਂ, ਬੋਲਣਾ ਹੀ ਨਹੀਂ, ਤਾਂ ਮੁਸ਼ਕਿਲ ਹੈ ਇਹ ਮਨੁੱਖ ਧਾਰਮਿਕ ਹੋ ਸਕੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਜਦ ਕਵੀ ਜਮਾਲ ਹੁਸੈਨ ਆਏ ਤੇ ਆਪਣਾ ਕਲਾਮ ਪੇਸ਼ ਕੀਤਾ, ਪਾਤਸ਼ਾਹ ਮੇਰਾ ਕਲਾਮ ਵੀ ਆਪ ਸੁਣੋ, ਤੇ ਸਤਿਗੁਰ ਕਹਿਣ ਲੱਗੇ ਸੁਣਾ। ਉਹਨੇ ਆਪਣੀ ਪਹਿਲੀ ਪੰਕਤੀ ਸੁਣਾਈ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਤੂੰ ਇੱਥੇ ਹੀ ਚੁੱਪ ਕਰ ਰਹਿ, ਕਿਉਂ? ਸਾਡਾ ਤੇ ਸੋਚਣ ਦਾ ਢੰਗ ਇਹ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਜਿਤਨੇ ਚਿਰ ਤੱਕ ਜਗਤ ਵਿੱਚ ਰਹਿਣਾ ਹੈ, ਜੀਵਣਾ ਹੈ, ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਹਾਂ, ਕਹਿਣਾ ਇੱਕ ਹੈ, ਸੁਣਨਾ ਦੋ ਹੈ। ਅਸੀਂ ਤੇ ਇਸ ਸਿਧਾਂਤ ਦੇ ਪੁਜਾਰੀ ਹਾਂ, ਖਾਮੋਸ਼ ਚੁੱਪ ਕਰਕੇ ਬੈਠ ਜਾਣਾ ਤਾਂ ਪਰਮਾਤਮਾ ਫਿਰ ਗੁੰਗਾ ਹੀ ਬਣਾਂਗਾ। ਉਹਨੇ ਜ਼ਬਾਨ ਜਦ ਬੋਲਣ ਵਾਸਤੇ ਦਿੱਤੀ ਹੈ ਤਾਂ ਲਾਜ਼ਮੀ ਇਹ ਸਾਰਥਿਕ ਹੋਵੇਗੀ, ਕਿਸੇ ਕੰਮ ਆਉਂਦੀ ਹੋਵੇਗੀ। ਤਾਂ ਧਰਮ ਦੀ ਸਾਰੀ ਸਾਧਨਾ ਜ਼ਬਾਨ ਤੇ ਖੜੀ ਹੈ। ਸਤਿਗੁਰੂ ਦੱਸਦੇ ਨੇ ਇੱਕ ਦੂਜੀ ਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀ। ਇੱਕ ਜ਼ਬਾਨ ਨੂੰ ਦੋ ਕਰ ਲੈ,
ਫਿਰ ਸਾਹਿਬ ਕਹਿੰਦੇ ਨੇ ਦੋ ਨਹੀਂ ਲੱਖ ਕਰ ਲੈ। ਫਿਰ ਕਹਿੰਦੇ ਨਹੀਂ 20 ਲੱਖ ਕਰ ਲੈ, ਇੱਕ ਜ਼ਬਾਨ ਨੂੰ 20 ਲੱਖ ਕਰ ਲੈ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀ। ਫਿਰ ਇੱਕ ਇੱਕ ਜ਼ਬਾਨ ਦੇ ਨਾਲ ਲੱਖਾਂ ਲੱਖਾਂ ਵਾਰੀ ਉਸ ਜਗਦੀਸ਼ ਦੇ ਨਾਮ ਦਾ ਉਚਾਰਨ ਕਰੀ ਜਾ। ਭਾਵ ਅਣਗਿਣਤ ਦਫਾ, ਗਿਣਤੀ ਮਿਣਤੀ ਦੇ ਚੱਕਰ ਵਿੱਚ ਨਾ ਪਵੇ। ਹੁਣ ਇੱਕ ਜ਼ਬਾਨ ਜੇ ਲੱਖਾਂ ਜ਼ਬਾਨ ਹੋ ਜਾਣ ਤੇ ਇੱਕ ਇੱਕ ਜ਼ਬਾਨ ਲੱਖਾਂ ਲੱਖਾਂ ਵਾਰੀ ਉਸ ਜਗਦੀਸ਼ ਦਾ ਨਾਮ ਉਚਾਰਨ ਕਰੇ ਤੇ ਗਿਣਤੀ ਮਿਣਤੀ ਤੋਂ ਪਰੇ ਦੀ ਗੱਲ ਹੋ ਗਈ। ਸਾਹਿਬ ਕਹਿੰਦੇ ਨੇ ਇਸੇ ਤਰੀਕੇ ਨਾਲ ਜਪ ਕਰੀ ਜਾ, ਜ਼ਬਾਨ ਨੂੰ ਇਸੇ ਤਰੀਕੇ ਨਾਲ ਚਲਾਈ ਜਾ। ਲੱਖ ਹੋਵੇ ਲੱਖ ਵੀ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਇਹ ਤਰ੍ਹਾਂ ਪਤ ਪੌੜੀਆਂ ਪਰਮਾਤਮਾ ਦੇ ਦਰ ਦੀਆਂ ਬਸ ਇਹੀ ਪੌੜੀਆਂ ਨੇ, ਇਹੀ ਮਾਰਗ ਹੈ, ਹੋਰ ਕੋਈ ਨਹੀਂ। ਜਪੀ ਜਾ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦੀ ਇੰਜ ਧੁਨ ਆਲਾਪ ਕਰੀ ਜਾ। ਭਗਤ ਕਬੀਰ ਕਹਿੰਦੇ ਨੇ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨ ਕੇ ਕੂਕਨੇ ਕਭੇ ਕੇ ਸੁਨੇ ਪੁਕਾਰ। ਦਿਨ ਰਾਤ ਮੈਂ ਤੇ ਕੂਕ ਰਿਹਾ, ਬੋਲ ਰਿਹਾ, ਬੋਲੀ ਜਾ ਰਿਹਾ, ਕੈਸੋ ਦੀ ਧੁਨ ਰਟੀ ਜਾ ਰਿਹਾ। ਕਿਸੇ ਦਿਨ ਤੇ ਗੱਲ ਬਣ ਜਾਏਗੀ। ਜਿਸ ਦਿਨ ਵਾਹਿਗੁਰੂ ਵਾਹਿਗੁਰੂ ਆਖਦੇ ਆ ਸਵਾਦ ਆਉਣ ਲੱਗ ਪੈ, ਰਸ ਆਉਣ ਲੱਗ ਪੈ, ਸਮਝ ਲਓ ਪੁਕਾਰ ਪਹੁੰਚ ਗਈ, ਸਮਝ ਲਓ ਸੁਰਤ ਆਕਾਸ਼ ਮੰਡਲ ਤੱਕ ਪਹੁੰਚ ਗਈ, ਪ੍ਰਭੂ ਦੇ ਦਰ ਤੱਕ ਪਹੁੰਚ ਗਈ। ਤੋ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਇਹ ਵਸੀਲਾ ਹੈ ਤੇ ਵਸਾਇਲ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕਰ ਦਿੱਤੇ ਨੇ। ਇਹ ਠੀਕ ਹੈ ਕਿ ਇਸ ਵਸਾਇਲ ਦਾ ਕੋਈ ਮਨੁੱਖ ਠੀਕ ਉਪਯੋਗ ਕਰੇ ਜਾਂ ਨਾ ਕਰੇ, ਲੇਕਿਨ ਵਸਾਇਲ ਪਰਮਾਤਮਾ ਦੇ ਦਰ ਤੱਕ ਪਹੁੰਚਣ ਦੇ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਦੀ ਜੋ ਹੈ ਝੋਲੀ ਵਿੱਚ ਪਾ ਦਿੱਤੇ ਨੇ। ਇਸ ਜ਼ਬਾਨ ਨਾਲ ਜਪ ਕਰਦੇ ਹਾਂ, ਸਤ ਬੋਲਦੇ ਹਾਂ, ਮਨੁੱਖ ਦੀ ਸੁਰਤ ਸਤ ਮੰਡਲ ਵਿੱਚ ਪਹੁੰਚ ਜਾਂਦੀ ਹੈ, ਪਰ ਇਸ ਰਸਨਾ ਨਾਲ ਮਿੱਥਿਆ ਬੋਲਦੇ ਹਾਂ, ਗਲਤ ਬਿਆਨੀ ਕਰਦੇ ਹਾਂ, ਮਨੁੱਖ ਰਸਾਤਲ ਦੇ ਚਲਾ ਜਾਂਦਾ ਹੈ। ਇਹ ਜ਼ਬਾਨ ਨਰਕ ਦੇ ਚ ਹੀ ਲੈ ਜਾਂਦੀ ਹੈ, ਇਹ ਜ਼ਬਾਨ ਸਵਰਗ ਵਿੱਚ ਲੈ ਜਾਂਦੀ ਹੈ, ਇਹ ਜ਼ਬਾਨ ਦੋਸਤ ਵੀ ਬਣਾਉਂਦੀ ਹੈ, ਇਹ ਜ਼ਬਾਨ ਦੁਸ਼ਮਣ ਵੀ ਬਣਾ ਦਿੰਦੀ ਹੈ। ਇੱਕ ਐਸਾ ਵਚਨ ਅਗਲੇ ਨੇ ਸੁਣਿਆ, ਠੰਡ ਪੈ ਗਈ, ਜ਼ਬਾਨ ਨੇ ਸ਼ਾਂਤ ਕੀਤਾ, ਪਰ ਇੱਕ ਐਸਾ ਵਚਨ ਬੋਲਿਆ ਗਿਆ ਅਗਲੇ ਦੇ ਤਿੰਨੀ ਕਪੜੀ ਅੱਗ ਲੱਗ ਗਈ, ਬੇਚੈਨ ਹੋ ਗਿਆ। ਅਗਲਾ ਸਾਰੀ ਰਾਤ ਤੜਪਦਾ ਵੀ ਰਿਹਾ, ਇਤਨਾ ਕੌੜਾ ਬੋਲ ਕੀ ਮਾਨੋ ਐਸਾ ਅੰਗਾਰਾ। ਇਹ ਰਸਨਾ ਦਾ ਗਲਤ ਇਸਤੇਮਾਲ, ਇਸ ਦਾ ਗਲਤ ਉਪਯੋਗ ਹੈ। ਇਸ ਵਾਸਤੇ ਜ਼ਬਾਨ ਸਵਰਗ ਹੈ, ਅੰਮ੍ਰਿਤ ਹੈ, ਅਗਰ ਅੰਮ੍ਰਿਤਮਈ ਨਾਮ ਰਸਨਾ ਤੇ ਹੈ, ਜ਼ਬਾਨ ਨਰਕ ਬਣ ਜਾਂਦੀ ਹੈ, ਕਲੇਸ਼ ਦਾ ਅਖਾੜਾ ਬਣ ਜਾਂਦੀ ਹੈ, ਅਗਰ ਮਿੱਥਿਆ ਵਾਕ ਤੇ ਕਲੇਸ਼ ਭਰੇ ਵਾਕ ਰਸਨਾ ਦੇ ਉੱਪਰ ਹੋਵਣ। ਇੱਥੇ ਆ ਕੇ ਇੱਕ ਆਲਮ ਦਾ ਕਹਿਣਾ ਹੈ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜੀਣ ਦਾ ਢੰਗ ਹੋਵੇ, ਜ਼ਿੰਦਗੀ ਅੰਮ੍ਰਿਤ ਹੈ, ਔਰ ਜੀਣ ਦਾ ਢੰਗ ਨਹੀਂ ਤਾਂ ਜ਼ਿੰਦਗੀ ਜ਼ਹਿਰ ਬਣ ਜਾਂਦੀ ਹੈ। ਸਾਹਿਬ ਕਹਿੰਦੇ ਪਰਮਾਤਮਾ ਦੇ ਦਰ ਤੱਕ ਇਹ ਪੌੜੀਆਂ ਨੇ, ਇਹ ਤਰਾ ਪਤ ਪੌੜੀਆਂ ਚੜੀਏ ਹੋਏ ਇੱਕੀਸ,
ਅੱਜ ਤੱਕ ਜਿਸ ਦੀ ਵੀ ਸਮਾਧੀ ਲੱਗੀ ਹੈ, ਜੋ ਵੀ ਉਸ ਅਨਾਹਤ ਦੇ ਦੇਸ਼ ਵਿੱਚ ਪਹੁੰਚਿਆ, ਜਿਸਨੇ ਵੀ ਉਸ ਪਰਮ ਪ੍ਰਕਾਸ਼ ਦਾ ਆਨੰਦ ਮਾਣਿਆ, ਜ਼ਬਾਨ ਨਾਲ ਜਪ ਜਪ ਕੇ ਹੀ ਉੱਥੇ ਤੱਕ ਪਹੁੰਚਿਆ, ਰਸਨਾ ਨਾਲ ਉਸ ਪ੍ਰਭੂ ਦਾ ਨਾਮ ਰਟ ਰਟ ਕੇ ਉਸਨੇ ਆਪਣੀ ਸੁਰਤ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਾਹਿਬ ਕਹਿੰਦੇ ਨੇ, ਸੁਣ ਗਲਾਂ ਆਕਾਸ਼ ਕੀ ਤਾਂ ਆਈ ਰੀ। ਆਕਾਸ਼ ਤੱਕ ਜੋ ਪਹੁੰਚ ਗਏ ਨੇ, ਜਿਨ੍ਹਾਂ ਦੀ ਸੁਰਤ ਉੱਚੀ ਉੱਠ ਗਈ ਹੈ, ਉਹਨਾਂ ਨੂੰ ਵੇਖ ਕੇ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਆਪਾਂ ਵੀ ਉੱਡੀਏ, ਅਸੀਂ ਵੀ ਆਕਾਸ਼ ਤੱਕ ਪਹੁੰਚੀਏ। ਭਾਵ ਜਦ ਕਿਸੇ ਦੀ ਸਮਾਧੀ ਲੱਗ ਜਾਂਦੀ ਹੈ, ਕਿਸੇ ਨੂੰ ਪਰਮ ਆਨੰਦ ਉਪਲਬਧ ਹੋ ਜਾਂਦਾ, ਪਰਮ ਸ਼ਾਂਤ ਹੋ ਜਾਂਦਾ, ਤਾਂ ਪਖੰਡੀਆਂ ਨੂੰ ਵੀ ਰੀਸ ਜਾਗਦੀ ਹੈ। ਪਖੰਡੀਆਂ ਤੋਂ ਮੁਰਾਦ ਉਹ ਜਪ ਤਪ ਕੁਛ ਨਹੀਂ ਕਰਨਾ, ਵਾਸ਼ਨਾ ਨਾਲ ਭਰੇ ਹੋਏ ਨੇ। ਰੀਸੋ ਰੀਸ ਉਹੀ ਕੁਛ ਕਰਨਾ ਜੋ ਕੁਛ ਉਸ ਸਾਧਕ ਨੇ ਕੀਤਾ। ਸਾਧਕ ਨੇ ਕੀਤਾ ਹੈ, ਪੂਰਨ ਸ਼ਰਧਾ ਨਾਲ ਕੀਤਾ ਹੈ। ਇਹ ਜੋ ਕਰ ਰਿਹਾ ਹੈ, ਕੇਵਲ ਨਕਲ ਕਰ ਰਿਹਾ ਹੈ, ਸਿਰਫ ਰੀਸ ਕਰ ਰਿਹਾ ਹੈ। ਤੋ ਜਗਤ ਦੇ ਇਸ ਤਰ੍ਹਾਂ ਦੀ ਰੀਸ ਸਿਰਫ ਸਮਾਜਿਕ ਜ਼ਿੰਦਗੀ 'ਚ ਹੀ ਨਹੀਂ, ਰਾਜਨੀਤਿਕ ਜ਼ਿੰਦਗੀ 'ਚ ਹੀ ਨਹੀਂ, ਬਲਕਿ ਧਾਰਮਿਕ ਦੁਨੀਆ ਦੇ 'ਚ ਹੀ ਰੀਸ ਚੱਲਦੀ ਹੈ। ਇੱਕ ਸੰਤ ਨੂੰ, ਇੱਕ ਪਰਮ ਗੁਰੂ ਨੂੰ, ਇੱਕ ਪਰਮ ਭਗਤ ਨੂੰ ਵੇਖ ਕੇ ਅਕਸਰ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਅਸੀਂ ਵੀ ਭਗਤ ਬਣੀਏ, ਅਸੀਂ ਵੀ ਸੰਤ ਬਣੀਏ। ਲੇਕਿਨ ਰੀਸ ਕਰਨ ਦੇ ਨਾਲ ਤੇ ਕੋਈ ਸੰਤ ਨਹੀਂ ਆਉਂਦਾ, ਜਪ ਕਰਨ ਨਾਲ ਕੋਈ ਸੰਤ ਹੁੰਦਾ, ਸਾਧਨਾ ਕਰਨ ਦੇ ਨਾਲ ਕੋਈ ਭਗਤ ਬਣਦਾ, ਸਾਧਨਾ ਕਰ ਕਰਕੇ ਹੀ ਕੋਈ ਪ੍ਰਭੂ ਦੇ ਦਰ ਤੇ ਪਹੁੰਚ ਸਕਦਾ। ਤੋ ਸਾਹਿਬ ਕਹਿੰਦੇ ਨੇ, ਸੁਣ ਗਲਾਂ ਆਕਾਸ਼ ਕੀ ਤਾਂ ਆਈ ਰੀਸ। ਆਕਾਸ਼ ਤੱਕ ਪਹੁੰਚਿਆ ਹੋਇਆਂ ਨੂੰ ਵੇਖ ਕੇ ਕੀੜਿਆਂ ਨੂੰ ਵੀ ਰੀਸ ਆ ਗਈ, ਔਰ ਉਹਨਾਂ ਨੇ ਵੀ ਆਪਣੇ ਨਾਮ ਦੇ ਨਾਲ ਲਕਬ ਸੰਤ ਜੋੜ ਲਿਆ, ਭਗਤ ਜੋੜ ਲਿਆ, ਬ੍ਰਹਮ ਗਿਆਨੀ ਆਪਣੇ ਨਾਮ ਦੇ ਨਾਲ ਸ਼ਬਦ ਜੋੜ ਦਿੱਤਾ। ਇਸ ਦੇਸ਼ ਦੇ ਕਰੀਬਨ ਲੱਖਾਂ ਦੀ ਤਾਦਾਦ ਦੇ ਸੰਤ ਨੇ, ਪਰ ਸੰਤ ਤੇ ਇੱਕ ਵੀ ਹੋਵੇ ਸਾਰੇ ਸ਼ਹਿਰ ਦੀ ਫਿਜ਼ਾ ਪਵਿੱਤਰ ਕਰਕੇ ਰੱਖ ਦਿੰਦਾ, ਸਾਰੀ ਕੌਮ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ। ਕਹਿੰਦੇ ਨੇ, ਗਾਥਾ ਹੈ ਭਗਤ ਮਾਲ ਦੀ, ਇੱਕ ਰੋਗੀ ਭਗਤ ਕਬੀਰ ਕੋਲ ਆਇਆ। ਉਸ ਵਕਤ ਕਬੀਰ ਦੀ ਪਤਨੀ ਘਰ ਵਿੱਚ ਸੀ, ਕਬੀਰ ਜੀ ਨਹੀਂ ਸਨ। ਰੋਗੀ ਨੇ ਫਰਿਆਦ ਕੀਤੀ, ਭਗਤ ਜੀ ਮੈਨੂੰ ਕਿਸੇ ਤਰੀਕੇ ਨਾਲ ਨਵਾਂ ਨਰੋਆ ਕਰੋ, ਮੈਂ ਰੋਗ ਤੋਂ ਪੀੜਤ ਹਾਂ। ਕਬੀਰ ਦੀ ਪਤਨੀ ਨੇ ਇਹ ਸਦਾ ਸੁਣੀ ਤੇ ਰੋਗੀ ਦੇ ਕੋਲ ਆਈ, ਆਖਣ ਲੱਗੀ, ਰਾਮ ਕਹਿ। ਤਿੰਨ ਦਫਾ ਰਾਮ ਅਖਵਾਇਆ, ਰੋਗੀ ਦਾ ਰੋਗ ਜਾਂਦਾ ਰਿਹਾ। ਆਖਿਆ, ਜਾ ਹੁਣ ਤੂੰ ਆਪਣੇ ਘਰ ਨੂੰ। ਰਸਤੇ ਵਿੱਚ ਉਹ ਧੰਨ ਕਬੀਰ ਕਰਦਾ ਆਪਣੇ ਘਰ ਨੂੰ ਜਾ ਰਿਹਾ। ਕਬੀਰ ਰਸਤੇ 'ਚ ਮਿਲ ਗਏ, ਆਖਣ ਲੱਗੇ, ਪੁਰਖਾ ਐਸੀ ਕਿਹੜੀ ਸੌਗਾਤ ਤੇਰੀ ਝੋਲੀ 'ਚ ਪੈ ਗਈ ਹੈ, ਤੂੰ ਧੰਨ ਕਬੀਰ ਕਰਦਾ ਜਾ ਰਿਹਾ। ਆਖਣ ਲੱਗਾ, ਤਿੰਨ ਦਫਾ ਭਗਤ ਜੀ ਦੀ ਪਤਨੀ ਨੇ ਮੈਥੋਂ ਰਾਮ ਅਖਵਾਇਆ, ਮੇਰੇ ਸਾਰੇ ਰੋਗ ਜਾਂਦੇ। ਕਬੀਰ ਜੀ ਜਦ ਘਰ ਪਹੁੰਚੇ ਤਾਂ ਆਪਣੀ ਪਤਨੀ ਦੇ ਉੱਤੇ ਨਾਰਾਜ਼ਗੀ ਦੀ ਨਿਗਾਹ, ਇਸ ਤਰ੍ਹਾਂ ਦੀ ਨਿਗਾਹ ਮਾਰੀ ਜੈਸੇ ਕਿ ਆਪ ਨਾਰਾਜ਼ ਨੇ, ਸੰਤੁਸ਼ਟ ਨਹੀਂ ਨੇ। ਪੁੱਛਦੀ ਹੈ, ਲੋਈ ਕਾਰਨ ਕੀ ਹੈ? ਉਸ ਵਕਤ ਕਬੀਰ ਕਹਿੰਦੇ ਨੇ ਕਿ ਇੱਕ ਦਫਾ ਰਾਮ ਆਖਣ ਨਾਲ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ, ਸਾਰੀ ਕੌਮ ਪਵਿੱਤਰ ਹੋ ਜਾਂਦੀ ਹੈ, ਤੇ ਤੂੰ ਤਿੰਨ ਦਫਾ ਰਾਮ ਅਖਵਾ ਕੇ ਰੋਗੀ ਦਾ ਰੋਗ ਦੂਰ ਕੀਤਾ ਹੈ,
ਇਹ ਰਾਮ ਨਾਮ ਦੀ ਤੋਹੀਨ ਹੈ। ਰਾਮ ਨਾਮ ਤੇ ਮਹਾਨ ਹੈ। ਬੜਾ ਸੁੰਦਰ ਕਬੀਰ ਜੀ ਦਾ ਸਲੋਕ ਹੈ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪੁਰੀ ਪਵਿੱਤਰ ਹੋਏ ਗੋਗ੍ਰਾਮ। ਇਸ ਦੇਹੀ ਦਾ ਤੇ ਕਹਿਣਾ ਕੀ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ, ਸਾਰਾ ਨਗਰ ਪਵਿੱਤਰ ਹੋ ਜਾਂਦਾ ਯਕਸੂਈ ਨਾਲ, ਟਿਕੇ ਹੋਏ ਮਨ ਨਾਲ। ਜਦ ਇੱਕ ਦਫਾ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ, ਆਲੇ ਦੁਆਲੇ ਦੀ ਤਮਾਮ ਫਿਜ਼ਾ ਪਵਿੱਤਰ ਹੋ ਜਾਂਦੀ ਹੈ, ਮੁਅੱਤਰ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਦੇ ਰਸਕ ਬੰਦਿਆਂ ਨੂੰ ਦੇਖ ਕੇ ਕਈ ਦਫਾ ਪਖੰਡੀਆਂ ਨੂੰ ਵੀ ਰੀਸ ਆਉਂਦੀ ਹੈ, ਉਹ ਵੀ ਆਪਣੇ ਨਾਮ ਦੇ ਨਾਲ ਸੰਤ ਸ਼ਬਦ ਬ੍ਰਹਮ ਗਿਆਨੀ ਸ਼ਬਦ ਜੋੜ ਲੈਂਦੇ ਨੇ। ਪਰ ਸਾਹਿਬ ਕਹਿੰਦੇ ਨੇ, ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਕ। ਇਹ ਸਵਾਦ ਤੇ ਪਰਮਾਤਮਾ ਦੀ ਨਿਗਾਹ ਨਾਲ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ, ਨਕਲ ਕਰਨ ਦੇ ਨਾਲ ਨਹੀਂ। ਕੋਈ ਆਪਣੇ ਨਾਮ ਦੇ ਨਾਲ ਲਕਬ ਜੋੜ ਲਵੇ ਪਰਮ ਪੁਰਖ ਸੰਤ ਬ੍ਰਹਮ ਗਿਆਨੀ, ਤੇ ਇਹਦੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਹੋ ਜਾਂਦਾ। ਇੱਥੇ ਕੋਈ ਜਪ ਕਰਦਾ ਹੈ, ਤਪ ਕਰਦਾ ਹੈ, ਤੇ ਫਿਰ ਉਸਦੀ ਨਜ਼ਰ ਦਾ ਪਾਤਰ ਬਣਦਾ ਹੈ, ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਫਿਰ ਜਾ ਕੇ ਕਿਧਰੇ ਇਹ ਸੌਗਾਤ ਉਸਦੀ ਝੋਲੀ ਵਿੱਚ ਪੈਂਦੀ ਹੈ। ਤੇ ਸਾਹਿਬ ਕਹਿੰਦੇ, ਨਾਨਕ ਨਦਰੀ ਪਾਈਏ, ਇਹ ਦਰ ਇਹ ਪਰਮ ਸੌਗਾਤ ਤੇ ਉਸਦੀ ਨਜ਼ਰ ਨਾਲ ਪ੍ਰਾਪਤ ਹੁੰਦੀ, ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਕੂੜੀ ਕੂੜੈ ਠੀਕ, ਪਖੰਡੀ ਝੂਠੇ ਦੀ ਇਹ ਝੂਠੀ ਠੀਕ ਹੈ। ਭਾਉ ਉਹ ਜੋ ਲਲਕਾਰ ਲਲਕਾਰ ਕੇ ਕਹਿ ਰਿਹਾ, ਮੈਂ ਸੰਤ ਹਾਂ, ਮੈਂ ਪਰਮ ਗਿਆਨੀ ਹਾਂ, ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ, ਤੇ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਦਾ ਉਹ ਦਾਅਵਾ ਕਰੇ, ਸਾਹਿਬ ਕਹਿੰਦੇ ਨੇ ਇਹ ਝੂਠੀਆਂ ਕੂੜੇ ਦੀਆਂ ਠੀਸਾਂ ਨੇ। ਇਸ ਤਰ੍ਹਾਂ ਦਾ ਇੱਕ ਵਾਕਿਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਆਇਆ ਜਗਨਨਾਥਪੁਰੀ ਦੇ। ਇੱਕ ਸਾਧੂ ਨੇ ਆਪਣੇ ਆਲੇ ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ, ਔਰ ਉਹ ਨੱਕ ਨੂੰ ਪਕੜ ਕੇ ਦੋ ਉਂਗਲਾਂ ਨਾਲ ਅੱਖਾਂ ਮੀਟ ਕੇ ਤਿੰਨ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ, ਕਦੀ ਬ੍ਰਹਮ ਲੋਕ ਦੀ, ਤੇ ਕਦੀ ਰੁਦਰ ਲੋਕ ਦੀ। ਲੋਕੀ ਉਸਦੇ ਪਾਤਰ ਦੇ ਜੋ ਉਸਦੇ ਅੱਗੇ ਪਿਆ ਸੀ ਪੈਸੇ ਪਾਈ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਪਾਤਰ ਚੁੱਕ ਕੇ ਯੋਗੀ ਦੇ ਪਿੱਛੇ ਰੱਖ ਦਿੱਤਾ। ਯੋਗੀ ਇਸੇ ਤਰੀਕੇ ਨਾਲ ਬ੍ਰਹਮ ਲੋਕ, ਵਿਸ਼ਨ ਲੋਕ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀ ਗੱਲਾਂ ਕਰਦਾ ਰਿਹਾ, ਚਰਚਾ ਕਰਦਾ ਰਿਹਾ। ਆਖਿਰ ਉਸਨੇ ਆਪਣੀ ਅੱਖ ਖੋਲੀ, ਦੇਖ ਕੇ ਦੰਗ ਰਹਿ ਗਿਆ, ਪਾਤਰ ਨਹੀਂ ਹੈ ਉਹ ਭਿਕਸ਼ਾ ਪਾਤਰ ਜਿਹਦੇ ਲੋਕੀ ਧਨ ਪਾ ਰਹੇ ਸਨ। ਅੱਗੋਂ ਨਦਾਰਤ ਵੇਖ ਕੇ ਹੈਰਾਨ ਹੋ ਗਿਆ ਤੇ ਕਹਿੰਦਾ ਹੈ, ਉਹ ਮੇਰਾ ਖੱਪਰ ਕਿੱਥੇ ਹੈ? ਚਲਾ ਕੇ ਉਸਨੇ ਆਖਿਆ, ਮੇਰਾ ਖੱਪਰ ਕਿਸਨੇ ਚੁੱਕਿਆ? ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋਏ ਤੇ ਮੁਸਕੁਰਾ ਕੇ ਬੋਲੇ, ਆਂਟ ਸੇਤੀ ਨਾਕ ਪਕੜੇ ਸੂਜ ਤੇ ਤਹਿ ਲੋ, ਮਗਰ ਪਾਛੇ ਕਛਣਾ ਸੂਜੇ ਇਹ ਪਦਮ ਅਲੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਆਪ ਕਹਿੰਦੇ ਨੇ, ਐ ਸਾਧੂ, ਐ ਜੋਗੀ, ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈਂਦਾ, ਅੱਖਾਂ ਮੂੰਦ ਕੇ ਤਿੰਨ ਲੋਕਾਂ ਲਈ ਗੱਲ ਕਰਦਾ ਹੈ, ਪਰ ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦਿੰਦਾ, ਪਿੱਛੇ ਪਿਆ ਹੋਇਆ ਖੱਪਰ ਤੈਨੂੰ ਨਹੀਂ ਦਿਖਾਈ ਦਿੰਦਾ, ਤੇ ਤਿੰਨ ਲੋਕਾਂ ਦੀ ਤੂੰ ਗੱਲ ਕਰ ਰਿਹਾ, ਇਹ ਤੇਰੀਆਂ ਝੂਠੀਆਂ ਠੀਸਾਂ ਨੇ। ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ ਹੈ। ਇਹ ਧਰਮ ਦੀ ਦੁਨੀਆਂ ਦੇ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਆਉਂਦੇ ਨੇ, ਜੋ ਰਿਧੀਆਂ ਸਿੱਧੀਆਂ ਦਾ ਦਾਅਵਾ ਕਰਦੇ ਨੇ ਕਿ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ, ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ। ਸਾਹਿਬ ਕਹਿੰਦੇ ਨੇ, ਇਹ ਝੂਠੇ ਦੀਆਂ ਝੂਠੀਆਂ ਠੀਸਾਂ ਨੇ, ਇਹ ਤੇ ਉਸਦੀ ਬਖਸ਼ਿਸ਼ ਨਾਲ ਉਹਦੀ ਰਹਿਮਤ ਨਾਲ ਸੌਗਾਤ ਪ੍ਰਾਪਤ ਕਰੀ ਦੀਏ। ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ, ਉਹਦੇ ਦਰ ਦੀਆਂ ਪੌੜੀਆਂ ਇਹੀ ਨੇ
ਕਿ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਨੁੱਖ ਉਤਨੇ ਚਿਰ ਤੱਕ ਜਪਦਾ ਰਹਿ ਜਿਤਨੇ ਚਿਰ ਤੱਕ ਨਦਰ ਦਾ ਪਾਤਰ ਬਣ ਨਹੀਂ ਜਾਂਦਾ, ਬਖਸ਼ਿਸ਼ ਦਾ ਪਾਤਰ ਬਣ ਨਹੀਂ ਜਾਂਦਾ। ਆਖਣੇ ਜੋਰ ਸੁਪੈਨੇ ਜੋਰ, ਜੋਰ ਨਾ ਮੰਗਣੇ ਦੇਣ ਨਾ ਜੋਰ, ਜੋਰ ਨਾ ਜੀਵਣ ਮਰਨ ਨੇ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਪਜੀ ਸਾਹਿਬ ਦੀ ਇਹ ਪੌੜੀ ਇੱਕ ਅਦੁੱਤੀ ਪੌੜੀ ਹੈ। ਇਹ ਤਰਾਪਤ ਪੌੜੀਆਂ ਚੜੇ ਹੋਏ ਅਕੀਸ ਜਪ ਜਪ ਕਰਕੇ ਪੌੜੀਆਂ ਤੇ ਚੜ ਕੇ ਮਨੁੱਖ ਕਿੱਥੇ ਪਹੁੰਚਦਾ ਹੈ ਇਹ ਪੌੜੀ ਦੱਸਦੀ ਹੈ। ਇਸ ਪੌੜੀ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖ ਦੀ ਸੁਰਤ ਨੂੰ ਇਹ ਬੋਧ ਹੁੰਦਾ ਹੈ ਕਿ ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪਰਮਾਤਮਾ ਇੱਕ ਜ਼ੋਰ ਹੈ, ਤਾਕਤ ਹੈ, ਸ਼ਕਤੀ ਹੈ। ਇਸ ਗੱਲ ਦਾ ਵੀ ਬੋਧ ਹੁੰਦਾ ਹੈ ਕਿ ਮੈਂ ਝੂਠ ਹਾਂ, ਤੂੰ ਸੱਚ ਹੈ, ਮੇਰੀ ਮਨੋਤ ਮੇਰੀ ਹੋਂਦ ਝੂਠ ਹੈ, ਮੇਰਾ ਮੰਨਣਾ ਝੂਠ ਹੈ, ਤੂੰ ਹੀ ਹੈ, ਤੂੰ ਹੀ ਹੈ, ਮੈਂ ਹੀ ਸਭ ਤੋਂ ਵੱਡੀ ਦੀਵਾਰ ਹੈ। ਇੱਥੋਂ ਹੀ ਸਤਿਗੁਰਾਂ ਨੇ ਗੱਲ ਆਰੰਭ ਕੀਤੀ ਸੀ ਕਿ ਕਿਉਂ ਸਚਿਆਰਾ ਹੋਈਏ ਕਿਉਂ ਕੂੜੇ ਟੁੱਟੇ ਪਾਲ, ਕਿਵੇਂ ਝੂਠ ਦੀ ਪਾਲ ਟੁੱਟੇ, ਕਿਵੇਂ ਮੈਂ ਦੀ ਕੰਧ ਟੁੱਟੇ ਤੇ ਕਿਵੇਂ ਤੂੰ ਦੀ ਪ੍ਰਾਪਤੀ ਹੋਵੇ। ਤੂੰ ਕੀ ਹੈ? ਇੱਕ ਤਾਕਤ, ਸਰਬ ਸ਼ਕਤੀਮਾਨ। ਇੱਥੇ ਆ ਕੇ ਗੱਲ ਗੁਰਮਤਿ ਸਪਸ਼ਟ ਕਰਦੀ ਹੈ ਕਿ ਪਰਮਾਤਮਾ ਕੋਈ ਵਿਅਕਤੀ ਨਹੀਂ, ਇੱਕ ਪਰਮ ਸ਼ਕਤੀ ਹੈ। ਉਹ ਸ਼ਕਤੀ ਕੀ ਹੈ ਔਰ ਕਿੰਨੀ ਕੁ ਹੈ? ਜਪਜੀ ਸਾਹਿਬ ਵਿੱਚ ਇਹ ਵੀ ਇਸ਼ਾਰਾ ਸਤਿਗੁਰੂ ਦੇਵ ਜੀ ਮਹਾਰਾਜ ਕਰ ਗਏ ਨੇ ਕਿ ਕੇਤਾ ਤਾਣ ਸਵਾਲਿਓ ਰੂਪ, ਕਿੰਨਾ ਕੁ ਤਾਣ ਹੈ, ਕਿਤਨੀ ਕੁ ਸ਼ਕਤੀ ਹੈ, ਕਿਸਦੇ ਕੋਲ ਕੁਵਤ ਹੈ, ਕੌਣ ਅੰਦਾਜ਼ਾ ਲਾਵੇ, ਕੌਣ ਤਕੜੀ ਤੇ ਤੋਲੇ, ਕੌਣ ਇਸ ਸ਼ਕਤੀ ਨੂੰ ਨਾਪੇ, ਉਸ ਅਸੀਮ ਨੂੰ ਕਿਸ ਤਰ੍ਹਾਂ ਸੀਮਤ ਕਰੇ ਕੋਈ? ਸਾਹਿਬ ਕਹਿੰਦੇ ਨੇ ਇਹ ਔਖੀ ਗੱਲ ਹੈ। ਤੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਮਹਾਰਾਜ ਕਹਿੰਦੇ ਨੇ ਜਪ ਤਪ ਕਰਕੇ ਸੁਰਤ ਜਦ ਸਿਖਰ ਤੇ ਪਹੁੰਚਦੀ ਹੈ ਤੇ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਜੈਸੇ ਕਿ ਨਬਜ਼ ਚੱਲ ਰਹੀ ਹੈ, ਚਲਾਈ ਨਹੀਂ ਜਾ ਰਹੀ, ਸਵਾਸ ਚੱਲ ਰਹੇ ਨੇ, ਚਲਾਏ ਨਹੀਂ ਜਾ ਰਹੇ, ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਕੀਤਾ ਜਾ ਰਿਹਾ ਜਾਂ ਮੈਂ ਕਰ ਰਿਹਾ, ਇਹ ਮੇਰੀ ਹੋਂਦ, ਇਹ ਮੈਂ, ਇਹ ਝੂਠ, ਹੋ ਰਿਹਾ, ਸਭ ਕੁਝ ਹੋ ਰਿਹਾ। ਲੇਕਿਨ ਬੋਧ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਅਨੁਭਵ ਤੋਂ ਬਿਨਾਂ ਐਸਾ ਕਹਿਣਾ ਕਿ ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ, ਇਹ ਵੀ ਝੂਠ। ਉਸ ਅਨੁਭਵ ਦੇ ਹੋਏ ਬਿਨਾਂ ਐਸਾ ਕਹਿਣਾ ਕਿ ਤੂੰ ਹੀ ਹੈ, ਤੂੰ ਹੀ ਹੈ, ਮੈਂ ਨਹੀਂ ਹਾਂ,
ਦਰਅਸਲ ਉਹ ਤੂੰ ਹੀ ਕਹਿਣ ਵਿੱਚ ਵੀ ਕੋਈ ਰਸ ਨਹੀਂ ਹੋਵੇਗਾ, ਉਹ ਵੀ ਕਹਿਣਾ ਗਲਤ ਹੋਵੇਗਾ। ਤੋ ਸੁਰਤ ਜਦ ਬੁਲੰਦੀਆਂ ਨੂੰ ਛੂੰਦੀ ਹੈ ਤੇ ਉਸਨੂੰ ਇੱਕ ਗੱਲ ਸਪਸ਼ਟ ਦਿਖਾਈ ਦੇ ਜਾਂਦੀ ਹੈ ਕਿ ਜੈਸੇ ਕੋਈ ਬੱਚਾ ਆਪਣੀ ਜਵਾਨੀ ਨੂੰ ਰੋਕਣਾ ਚਾਹੇ ਨਹੀਂ ਰੋਕ ਸਕਦਾ, ਕੋਈ ਜਵਾਨ ਬੁਢੇਪੇ ਨੂੰ ਰੋਕਣਾ ਚਾਹੇ ਨਹੀਂ ਰੋਕ ਸਕਦਾ, ਕੋਈ ਬੁੱਢਾ ਮੌਤ ਨੂੰ ਰੋਕਣਾ ਚਾਹੇ ਨਹੀਂ ਰੋਕ ਸਕਦਾ। ਤੇ ਇੱਕ ਗੱਲ ਸਪਸ਼ਟ ਹੋ ਗਈ, ਹੋ ਰਿਹਾ ਸਭ ਕੁਝ, ਕੀਤਾ ਨਹੀਂ ਜਾ ਰਿਹਾ। ਜੀਵਨ ਦੇ ਇਤਨੇ ਵੱਡੇ ਪੜਾਓ, ਬਚਪਨਾ, ਜਵਾਨੀ, ਬੁਢੇਪਾ, ਜਨਮ ਤੇ ਮਰਨ ਜਦ ਮੇਰੇ ਹੱਥ ਵਿੱਚ ਨਹੀਂ ਤਾਂ ਭਗਤ ਕਹਿ ਉੱਠਦਾ ਹੈ ਕੁਛ ਵੀ ਮੇਰੇ ਹੱਥ ਵਿੱਚ ਨਹੀਂ। ਇੰਨੀ ਮਹਾਨ ਘਟਨਾ ਜਿਸ ਤੋਂ ਮੈਂ ਲੰਘ ਰਿਹਾ ਇਹ ਮੇਰੇ ਹੱਥ ਵਿੱਚ ਨਹੀਂ, ਮੈਂ ਤੇ ਇੱਕ ਨਦੀ ਦੇ ਵਹਿਣ ਦੀ ਤਰ੍ਹਾਂ। ਇਹ ਗੱਲ ਵੱਖਰੀ ਹੈ ਕਿ ਨਦੀ ਮਾਣ ਨਾਲ ਆਖੇ ਮੈਂ ਚੱਲ ਰਹੀ ਹਾਂ ਔਰ ਸਾਗਰ ਨੂੰ ਮੈਂ ਮਿਲਣਾ, ਮੈਂ ਉਸਦੀ ਤਲਾਸ਼ ਕਰ ਰਹੀ ਹਾਂ, ਨਹੀਂ। ਇਹ ਵਹਿਣ ਸੁਭਾਵਕ ਹੈ, ਨਦੀ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਦੀ। ਰੋਕ ਲਵੇ ਤੇ ਛੱਪੜ ਹੋ ਜਾਏਗੀ, ਰੋਕ ਲਵੇ ਤੇ ਗੰਦੀ ਹੋ ਜਾਏਗੀ, ਰੋਕ ਲਵੇ ਤੇ ਖਤਮ ਹੋ ਜਾਏਗੀ ਔਰ ਰੋਕ ਵੀ ਨਹੀਂ ਸਕਦੀ, ਇਹਦਾ ਵਹਿਣ ਜਾਰੀ ਰਹੇਗਾ। ਔਰ ਵਹਿਣ ਦਾ ਜੋ ਨਿਯਮ ਪਰਿਪੂਰਨ ਪਰਮਾਤਮਾ ਨੇ ਬਣਾ ਦਿੱਤਾ ਹੈ ਕਿ ਨਿਵਾਣ ਦੀ ਤਰਫ ਹੋਵੇਗਾ, ਤੋ ਨਿਵਾਣ ਦੀ ਤਰਫ ਹੀ ਵਗਦਾ ਰਹੇਗਾ। ਇਹ ਗੱਲ ਵੱਖਰੀ ਹੈ ਕਿ ਨਦੀ ਆਖੇ ਮੈਂ ਆਪਣੇ ਆਪ ਨਿਵਾਣ ਦੀ ਤਰਫ ਵਗ ਰਹੀ ਹਾਂ, ਮੈਂ ਖੁਦ ਸਾਗਰ ਦੀ ਤਲਾਸ਼ ਕਰ ਰਹੀ ਹਾਂ, ਨਹੀਂ। ਇੱਕ ਗੈਬੀ ਨਿਯਮ ਜੋ ਪਿੱਛੇ ਕੰਮ ਕਰ ਰਿਹਾ ਉਹ ਨਿਵਾਣ ਦੀ ਤਰਫ ਪਾਣੀ ਨੂੰ ਤੋੜ ਰਿਹਾ ਔਰ ਸਾਗਰ ਤੱਕ ਪਾਣੀ ਨੂੰ ਪਹੁੰਚਾ ਰਿਹਾ। ਹੂ ਬਹੁ ਇਹ ਜੋ ਜੀਵਨ ਦੀ ਧਾਰਾ ਹੈ, ਇਹ ਅਨੰਤ ਜ਼ਿੰਦਗੀਆਂ ਦੇ ਜੋ ਦਰਿਆ ਚੱਲ ਰਹੇ ਨੇ, ਦਰਅਸਲ ਇਹ ਵੀ ਚੱਲ ਹੀ ਰਹੇ ਨੇ। ਇਹ ਗੱਲ ਵੱਖਰੀ ਹੈ ਕਿ ਜੀਵਨ ਦਾ ਦਰਿਆ ਕਹਿ ਸਕਦਾ ਹੈ ਕਿ ਮੈਂ ਖੁਦ ਚੱਲ ਰਿਹਾ, ਕਿਉਂਕਿ ਪ੍ਰਭੂ ਨੇ ਇੱਕ ਰਸਨਾ ਦੇ ਦਿੱਤੀ ਹੈ, ਦਿਮਾਗ ਦੇ ਦਿੱਤਾ ਹੈ, ਦਿਲ ਦੇ ਦਿੱਤਾ ਹੈ। ਤੋ ਜੀਵਨ ਧਾਰਾ ਕਹਿ ਸਕਦੀ ਹੈ ਮੈਂ ਖੁਦ ਤਲਾਸ਼ ਕਰ ਰਹੀ ਹਾਂ ਧਨ ਨੂੰ, ਸੰਪਦਾ ਨੂੰ, ਸੁੱਖ, ਸ਼ਾਂਤੀ, ਪਰਮਾਤਮਾ, ਔਰ ਮੈਂ ਆਪਣਾ ਕੇਂਦਰ, ਇਹ ਸਭ ਕੁਛ ਮੈਂ ਖੁਦ ਤਲਾਸ਼ ਕਰ ਰਿਹਾ। ਪਰ ਸਾਹਿਬ ਕਹਿੰਦੇ ਨਹੀਂ, ਸਿਮਰਨ ਕਰਦਿਆਂ ਕਰਦਿਆਂ ਇੱਕ ਬੋਧ ਮਿਲਦਾ ਹੈ ਔਰ ਮਨੁੱਖ ਕਹਿ ਦਿੰਦਾ ਹੈ ਨਹੀਂ, ਹੋ ਰਿਹਾ ਸਭ ਕੁਛ, ਕੀਤਾ ਨਹੀਂ ਜਾ ਰਿਹਾ। ਅਗਰ ਮੇਰੇ ਹੱਥ ਵਿੱਚ ਕੁਛ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਅਗਿਆਨੀ ਮਨ ਰੋਸ ਕਰੇ। ਅਗਰ ਵਾਕਈ ਮਨੁੱਖ ਦੇ ਹੱਥ ਵਿੱਚ ਹੀ ਸਭ ਕੁਛ ਹੈ ਤਾਂ ਫਿਰ ਸਭ ਕੁਛ ਮਨੁੱਖ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ, ਸਭ ਕੁਛ ਮਨੁੱਖ ਦੇ ਹੱਥਾਂ ਵਿੱਚ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਦਾਅਵਾ ਕਰ ਸਕਦਾ ਹੈ ਸਭ ਕੁਛ ਮੇਰੀ ਮੁੱਠੀ ਵਿੱਚ ਹੈ, ਭਾਵੇਂ ਮੁੱਠੀ ਵਿੱਚ ਕੁਛ ਵੀ ਨਾ ਹੋਵੇ, ਖਾਲੀ ਇਹ ਮੁੱਠੀ, ਹੱਥਾਂ ਵਿੱਚ ਕੁਛ ਨਹੀਂ ਹੈ, ਤਾਂ ਵੀ ਦਾਅਵੇ ਤੇ ਕੀਤੇ ਜਾ ਸਕਦੇ ਨੇ। ਇਸ ਪੌੜੀ ਵਿੱਚ ਕੁਛ ਇਸ ਢੰਗ ਦਾ ਬੋਧ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ, ਜਿਸ ਦੀ ਮੂਲ ਪੰਕਤੀ ਹੈ, ਜਿਸ ਹੱਥ ਜੋਰ ਕਰ ਵੇਖੈ ਸੋਏ। ਜੇ ਕੋਈ ਮਾਣ ਨਾਲ ਆਖੇ ਕਿ ਨਹੀਂ ਮੇਰਾ ਜ਼ੋਰ ਕੰਮ ਕਰ ਰਿਹਾ ਔਰ ਮੈਂ ਜ਼ੋਰ ਨਾਲ ਬਹੁਤ ਕੁਛ ਕਰ ਸਕਦਾ, ਤੋ ਸਾਹਿਬ ਕਹਿੰਦੇ ਨੇ ਕੋਈ ਕਰਕੇ ਦਿਖਾਇਆ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਹੜਾ ਆਖੇ ਮੇਰੇ ਹੱਥ ਵਿੱਚ ਜ਼ੋਰ ਹੈ ਕਰਕੇ ਵੇਖ ਲਵੇ ਕੀ ਕਰ ਸਕਦਾ। ਮਹਾਰਾਜ ਗੱਲ ਇੱਥੋਂ ਆਰੰਭ ਕਰਦੇ ਨੇ, ਆਖਣ ਜੋਰ ਚੁਕੇ ਨਹਿ ਜੋਰ। ਬੋਲਣ ਦੇ ਵਿੱਚ ਮਨੁੱਖ ਦਾ ਜ਼ੋਰ ਨਹੀਂ
ਤੇ ਚੁੱਪ ਰਹਿਣ ਵਿੱਚ ਵੀ ਮਨੁੱਖ ਦੀ ਤਾਕਤ ਕੰਮ ਨਹੀਂ ਕਰ ਰਹੀ। ਪਰਿਪੂਰਨ ਪਰਮਾਤਮਾ ਦੀ ਸ਼ਕਤੀ ਕੰਮ ਕਰ ਰਹੀ ਹੈ। ਅਕਸਰ ਐਸਾ ਦੇਖਣ ਵਿੱਚ ਆਇਆ ਹੈ, ਮਨੁੱਖ ਪਛਤਾਤਾਪ ਕਰ ਰਿਹਾ ਹੁੰਦਾ ਹੈ, ਇਹ ਗੱਲ ਮੈਨੂੰ ਨਹੀਂ ਆਖਣੀ ਚਾਹੀਦੀ ਸੀ, ਮੈਂ ਕਹਿ ਬੈਠਾ। ਉਹ ਜੋ ਕਹਿ ਬੈਠਾ ਹੈ ਉਸਦਾ ਅਫਸੋਸ ਹੈ। ਔਰ ਐਸਾ ਵੀ ਦਿਖਾਈ ਦਿੰਦਾ ਹੈ, ਕਈ ਦਫ਼ਾ ਮਨੁੱਖ ਕਹਿ ਦਿੰਦਾ ਹੈ, ਇਹ ਗੱਲ ਮੈਨੂੰ ਆਖਣੀ ਚਾਹੀਦੀ ਸੀ, ਮੈਂ ਕਿਉਂ ਨਹੀਂ ਆਖੀ, ਮੈਂ ਚੁੱਪ ਰਹਿ ਗਿਆ। ਮਹਾਰਾਜ ਕਹਿੰਦੇ ਨਹੀਂ, ਇੱਕ ਅਗੰਮੀ ਸ਼ਕਤੀ ਕੰਮ ਕਰ ਰਹੀ ਹੈ ਤੇਰੇ ਚੁੱਪ ਰਹਿਣ ਦੇ, ਤੇਰੇ ਬੋਲਣ ਦੇ। ਔਰ ਉਂਝ ਵੀ ਰਸਨਾ ਉਹਦੀ ਸ਼ਕਤੀ ਨਾਲ ਬੋਲ ਰਹੀ ਹੈ, ਤੇ ਜਿਹਦੀ ਸ਼ਕਤੀ ਨਾਲ ਰਸਨਾ ਬੋਲ ਰਹੀ ਹੈ, ਇਹ ਉਸਦਾ ਬਖਾਨ ਕਿਸ ਤਰ੍ਹਾਂ ਕਰੇਗੀ? ਸਾਡਾ ਦਿਮਾਗ ਜਿਹਦੀ ਸ਼ਕਤੀ ਨਾਲ ਸੋਚ ਰਿਹਾ ਹੈ, ਇਹ ਪੂਰਨ ਤੌਰ ਤੋਂ ਉਸਨੂੰ ਕਿਸ ਤਰ੍ਹਾਂ ਸੋਚ ਸਕੇਗਾ? ਕ੍ਰਿਤ ਕਰਤੇ ਦਾ ਪੂਰਨ ਰੂਪ ਵਿੱਚ ਕਿਸ ਢੰਗ ਨਾਲ ਬਖਾਨ ਕਰੇਗੀ? ਤੋ ਮਹਾਰਾਜ ਕਹਿੰਦੇ ਨੇ ਬੋਲਣ ਦੇ ਤੇ ਚੁੱਪ ਰਹਿਣ ਦੇ ਮਨੁੱਖ ਦੀ ਸਮਰੱਥਾ, ਮਨੁੱਖ ਦੀ ਸ਼ਕਤੀ ਕੰਮ ਨਹੀਂ ਕਰ ਰਹੀ। ਇਹ ਪਰਿਪੂਰਨ ਪਰਮਾਤਮਾ ਦੀ ਸ਼ਕਤੀ ਹੈ। ਇਹ ਜ਼ੋਰ ਉਸਦਾ, ਉਸਦੇ ਜ਼ੋਰ ਨਾਲ ਅਸੀਂ ਬੋਲ ਰਹੇ ਹਾਂ, ਉਸਦੇ ਜ਼ੋਰ ਨਾਲ ਚੁੱਪ ਕਰ ਜਾਂਦੇ ਹਾਂ। ਜਾਂ ਇੰਝ ਕਹਿ ਲਓ ਕਿ ਇਹ ਸਵਾਸ ਚੱਲ ਰਹੇ ਨੇ, ਬੋਲ ਰਹੇ ਹਾਂ, ਉਹਦੀ ਹੀ ਸ਼ਕਤੀ, ਉਹਦੀ ਹੀ ਤਾਕਤ। ਪਰ ਅੱਜ ਬੰਦਾ ਖਾਮੋਸ਼ ਹੋ ਗਿਆ, ਬਿਲਕੁਲ ਖਾਮੋਸ਼, ਚੁੱਪ ਹੋ ਗਿਆ। ਇਹਦੇ ਚ ਵੀ ਉਹਦੀ ਸ਼ਕਤੀ ਹੈ। ਸਾਹਿਬ ਅੱਗੇ ਇਸਦਾ ਖੁਲਾਸਾ ਕਰਦੇ ਨੇ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਅਕਸਰ ਐਸਾ ਦੇਖਣ ਵਿੱਚ ਆਇਆ ਹੈ ਕਿ ਮੰਗਤਿਆਂ ਨੂੰ ਅਫਸੋਸ ਆਉਂਦਾ ਹੈ, ਮੈਂ ਕਿਉਂ ਮੰਗ ਰਿਹਾ, ਔਰ ਮੰਗ ਮੰਗ ਕੇ ਮੇਰੇ ਜ਼ਿਹਨ ਤੇ ਮੇਰੀ ਜ਼ਮੀਰ ਤੇ ਬੋਝ ਪੈ ਰਿਹਾ। ਲੇਕਿਨ ਮੰਗਣਾ ਬੰਦ ਨਹੀਂ ਆਉਂਦਾ, ਜਾਪਦਾ ਹੈ ਇਹਦੇ ਪਿੱਛੇ ਵੀ ਕੋਈ ਸ਼ਕਤੀ ਕੰਮ ਕਰ ਰਹੀ ਹੈ, ਕਿਸੇ ਹੋਰ ਦਾ ਜ਼ੋਰ ਕੰਮ ਕਰ ਰਿਹਾ। ਮਹਾਰਾਜ ਜੀ ਕਹਿੰਦੇ ਨੇ, ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿੜਾਣਾ। ਹੇ ਅਕਾਲ ਪੁਰਖੇ, ਤੇਰੇ ਚੋਜ ਨੇ, ਕਿਧਰੇ ਤੂੰ ਦਾਨੀ ਹੈ ਤੇ ਕਿਧਰੇ ਤੂੰ ਮੰਗਤਾ ਹੈ। ਇਸ ਢੰਗ ਦੀ ਤੂੰ ਸ੍ਰਿਸ਼ਟੀ ਔਰ ਇਸ ਢੰਗ ਦਾ ਤੂੰ ਜੀਵਾਂ ਦਾ ਜੀਵਨ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ, ਕਤਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਬੀਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇਤ ਹੋ। ਹੇ ਅਕਾਲ ਪੁਰਖ, ਮੈਂ ਦੇਖਦਾ ਕਿਧਰੇ ਤੂੰ ਬਿਖਾਰੀ ਹੋਇਆ ਫਿਰਦਾ, ਮੰਗ ਰਿਹਾ ਕਿ ਕਿਧਰੇ ਮੂੰਹ ਮੰਗਾ ਦਾਨ ਦੇਈ ਜਾ ਰਿਹਾ। ਇਹ ਦੇਣ ਦੇ ਚ, ਇਹ ਮੰਗਣ ਦੇ ਚ ਤੇਰਾ ਹੀ ਜ਼ੋਰ ਕੰਮ ਕਰ ਰਿਹਾ ਹੈ, ਤੇਰੀ ਹੀ ਸ਼ਕਤੀ ਕੰਮ ਕਰ ਰਹੀ ਹੈ। ਮਹਾਰਾਜ ਕਹਿੰਦੇ ਨੇ ਕਿ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਅਕਸਰ ਐਸਾ ਦੇਖਿਆ ਗਿਆ ਹੈ ਕਿ ਇੱਕ ਬੰਦਾ ਕਹਿੰਦਾ, ਇਹ ਚੀਜ਼ ਮੈਨੂੰ ਨਹੀਂ ਦੇਣੀ ਚਾਹੀਦੀ ਸੀ, ਮੈਂ ਦੇ ਬੈਠਾ। ਤੂੰ ਦੇ ਬੈਠਾ, ਤੂੰ ਗੱਲ ਸਪਸ਼ਟ ਹੋ ਗਈ, ਜ਼ੋਰ ਕਿਸੇ ਹੋਰ ਦਾ ਕੰਮ ਕਰ ਰਿਹਾ। ਔਰ ਅੱਜ ਤੱਕ ਦਾ ਅਨੁਭਵ ਇਹ ਕਹਿ ਰਿਹਾ ਕਿ ਮੰਗਣ ਦੇ ਪਿੱਛੇ ਔਰ ਦੇਣ ਦੇ ਪਿੱਛੇ ਪਰਿਪੂਰਨ ਪਰਮਾਤਮਾ ਦੀ ਇੱਕ ਪ੍ਰੇਰਣਾ ਕੰਮ ਕਰ ਰਹੀ ਹੈ। ਲਖ ਸਮਝਾਓ, ਮੰਗਤਾ ਮੰਗਣ ਤੋਂ ਬਾਅਦ ਨਹੀਂ ਆਵੇਗਾ, ਔਰ ਲਖ ਸਮਝਾਓ, ਦਾਤਾ ਦੇਣ ਤੋਂ ਬਾਅਦ ਨਹੀਂ ਆਵੇਗਾ। ਬਦਲਾ ਨੂੰ ਕਹਿ ਦੇਈਏ ਬਰਸੋ ਹੀ ਨਾ, ਚੰਦਨ ਨੂੰ ਕਹਿ ਦੇਈਏ ਤੁਸੀਂ ਖੁਸ਼ਬੂ ਨਾ ਵੰਡੋ, ਫੁੱਲਾਂ ਨੂੰ ਕਹਿ ਦੇਈਏ ਤੁਸੀਂ ਮਹਿਕ ਚਾਰੋਂ ਪਾਸੇ ਕਿਉਂ ਲੁਟਾ ਰਹੇ ਹੋ, ਕਿਉਂ ਵੰਡਦੇ ਪਏ ਹੋ। ਇਹ ਦੇਣ ਦਾ ਸਵਾਹ ਹੀ ਕਾਦਰ ਕਰੀਮ ਨੇ ਬਣਾ ਦਿੱਤਾ ਹੈ, ਬੱਦਲ ਦਾ, ਫੁੱਲਾਂ ਦਾ, ਚੰਦਨ ਦਾ।
ਇਸ ਤਰ੍ਹਾਂ ਦਾ ਸੁਭਾਅ ਜਿਸ ਮਨੁੱਖ ਦੇ ਅੰਦਰ ਆਉਂਦਾ ਹੈ ਉਹਨਾਂ ਨੂੰ ਵੀ ਆਖਿਆ ਜਾਂਦਾ ਹੈ ਤੇ ਫੁੱਲ ਵਰਗੇ ਨੇ, ਇਹ ਤੇ ਬਦਲਾਂ ਵਰਗੇ ਨੇ, ਇਹ ਤੇ ਚੰਦਨ ਵਰਗੇ ਨੇ, ਇਹ ਤੇ ਲੁਟਾਣਾ ਜਾਣਦੇ ਨੇ, ਇਹ ਤੇ ਬਰਸਣਾ ਜਾਣਦੇ ਨੇ, ਇਹ ਤੇ ਜਗਤ ਦੀ ਝੋਲੀ ਨੂੰ ਮੁਅੱਤਰ ਕਰਨਾ ਜਾਣਦੇ ਨੇ, ਖੁਸ਼ਬੂ ਵੰਡਣਾ ਜਾਣਦੇ ਨੇ। ਪਰ ਐਸਾ ਵੀ ਦੇਖਣ ਵਿੱਚ ਆਇਆ ਵੰਡਿਆ ਤੇ ਤਾਂ ਜਾ ਸਕਦਾ ਕਿ ਕਿਸੇ ਦੀ ਝੋਲੀ ਖਾਲੀ ਹੋਵੇ, ਕੋਈ ਮੰਗਣ ਨੂੰ ਵੀ ਖੜਾ ਹੋਵੇ। ਤੋ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸਭ ਤੇਰੇ ਚੋਜ ਨੇ, ਸਭ ਤੇਰੇ ਚੋਜ ਨੇ, ਕਿਧਰੇ ਤੂੰ ਮੰਗ ਰਿਹਾ, ਕਿਧਰੇ ਤੂੰ ਦੇ ਰਿਹਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਅਗਰ ਕੋਈ ਦਾਤਾ ਇਹ ਆਖ ਦੇਵੇ ਕਿ ਮੈਂ ਦੇ ਰਿਹਾ, ਇਹ ਉਸਦੀ ਅਗਿਆਨਤਾ ਹੈ, ਤੇ ਕੋਈ ਮੰਗਤਾ ਇਹ ਆਖ ਦੇਵੇ ਮੈਂ ਮੰਗ ਰਿਹਾ, ਇਹ ਵੀ ਉਸਦੀ ਅਗਿਆਨਤਾ ਹੈ। ਜਿਸ ਦਿਨ ਮੰਗਤੇ ਤੇ ਦਾਤੇ ਨੂੰ ਇਹ ਸੂਝ ਤੇ ਸਮਝ ਮਿਲ ਜਾਂਦੀ ਹੈ ਕਿ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਉਸ ਦਿਨ ਮੰਗਤਾ ਮੰਗਤਾ ਨਹੀਂ ਰਹਿੰਦਾ, ਦਾਤਾ ਦਾਤਾ ਨਹੀਂ ਰਹਿੰਦਾ, ਕੇਵਲ ਪਰਮਾਤਮਾ ਹੀ ਰਹਿ ਜਾਂਦਾ, ਕੇਵਲ ਅਕਾਲ ਪੁਰਖ ਹੀ ਰਹਿ ਜਾਂਦਾ। ਉਸ ਦਿਨ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਧਰੇ ਤੂੰ ਹੀ ਬਿਖਾਰੀ ਹੋ ਕੇ ਮੰਗ ਰਿਹਾ ਤੇ ਕਿਧਰੇ ਤੂੰ ਹੀ ਮਹਾਦਾਨੀ ਹੋ ਕੇ ਝੋਲੀਆਂ ਭਰ ਰਿਹਾ। ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ। ਜਨਮ ਜੀਵਨ ਤੇ ਮਰਨ ਦੇ ਸਾਡਾ ਜ਼ੋਰ ਕੰਮ ਨਹੀਂ ਕਰ ਰਿਹਾ, ਅਸੀਂ ਆਪਣੀ ਮਰਜ਼ੀ ਨਾਲ ਜਗਤ ਤੇ ਨਹੀਂ ਆਏ ਔਰ ਆਪਣੀ ਮਰਜ਼ੀ ਨਾਲ ਰੁਖਸਤ ਵੀ ਨਹੀਂ ਹੋਵਾਂਗੇ। ਇਹ ਗੱਲ ਵੱਖਰੀ ਹੈ ਕਿ ਨਾਸਤਿਕ ਕਹਿੰਦੇ ਨੇ, ਭਾਵੇਂ ਜਨਮ ਤੇ ਜੀਵਨ ਸਾਡੇ ਹੱਥ 'ਚ ਨਹੀਂ, ਮਰਨਾ ਸਾਡੇ ਹੱਥ 'ਚ ਹੈ, ਜਦੋਂ ਵੀ ਚਾਹੀਏ ਅਸੀਂ ਖੁਦਕਸ਼ੀ ਕਰ ਸਕਦੇ ਹਾਂ। ਪਰ ਖੁਦਕਸ਼ੀ ਦਾ ਖਿਆਲ ਪੈਦਾ ਹੋਵੇ ਉਸ ਲਈ ਵੀ ਇੱਕ ਵਾਤਾਵਰਣ ਚਾਹੀਦਾ ਹੈ, ਉਸ ਲਈ ਵੀ ਇੱਕ ਮਾਹੌਲ ਚਾਹੀਦਾ ਹੈ, ਔਰ ਉਹ ਵੀ ਪ੍ਰਭੂ ਆਪ ਹੈ, ਉਹ ਵੀ ਪਰਮਾਤਮਾ ਆਪ ਹੈ। ਤੋ ਜਿਸ ਤਰ੍ਹਾਂ ਸਾਡਾ ਜਨਮ ਹੋਇਆ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ, ਮਹਾਰਾਜ ਕਹਿੰਦੇ ਮਰਨ ਵੀ ਉਹਦੇ 'ਚ ਹੀ ਸਾਡੀ ਮਰਜ਼ੀ ਕੰਮ ਨਹੀਂ ਕਰੇਗੀ। ਅਸੀਂ ਇੱਕ ਮਕਾਨ ਬਣਾਉਣਾ ਚਾਹੁੰਦੇ ਹਾਂ ਤੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ, ਪਰ ਅੱਜ ਅਸੀਂ ਉਸਨੂੰ ਢਾ ਦੇਣਾ ਚਾਹੁੰਦੇ ਹਾਂ, ਉਸ ਤੋਂ ਪੁੱਛਦੇ ਨਹੀਂ ਤੂੰ ਢਹਿਣਾ ਵੀ ਚਾਹੁੰਦਾ ਹੈ ਕਿ ਨਹੀਂ, ਉਸ ਦੇ ਉੱਤੇ ਅਸੀਂ ਕਿਹੜਾ ਰੰਗ ਕਰਨਾ, ਕਿਸ ਢੰਗ ਦੀ ਜੋ ਹੈ ਲੀਪਾ ਪੋਤੀ ਕਰਨੀ ਹੈ, ਇਹ ਅਸੀਂ ਮਕਾਨ ਤੋਂ ਨਹੀਂ ਪੁੱਛਦੇ। ਅਸੀਂ ਆਪਣੀ ਮਰਜ਼ੀ ਦਾ ਹੀ ਰੰਗ ਮਕਾਨ ਨੂੰ ਦੇ ਦਿੰਦੇ ਹਾਂ ਔਰ ਮਰਜ਼ੀ ਦੇ ਹੀ ਨਕਸ਼ ਨਿਗਾਰ ਮਕਾਨ ਨੂੰ ਦੇ ਦਿੰਦੇ ਹਾਂ। ਪਰਮਾਤਮਾ ਨੇ ਸਾਡੇ ਕੋਲ ਪੁੱਛਿਆ ਨਹੀਂ ਸੀ ਵੀ ਤੇਰੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਬਣਾਵਾਂ, ਤੇਰੇ ਦੰਦ ਕਿਸ ਤਰ੍ਹਾਂ ਦੇ ਬਣਾਵਾਂ, ਤੇਰਾ ਨਕਸ਼ ਨਿਗਾਰ ਕਿਸ ਤਰ੍ਹਾਂ ਦਾ ਬਣਾਵਾਂ, ਤੇਰਾ ਰੰਗ ਕਿਸ ਤਰ੍ਹਾਂ ਦਾ ਬਣਾਵਾਂ। ਉਸ ਮਹਾਨ ਮਾਮਾਰ ਨੇ ਜਿਸ ਢੰਗ ਦੇ ਨਾਲ ਜ਼ਿੰਦਗੀ ਦਾ ਮਕਾਨ ਬਣਾਉਣਾ ਸੀ ਬਣਾ ਦਿੱਤਾ। ਮਹਾਰਾਜ ਕਹਿੰਦੇ ਜਨਮ ਦੇ ਤੇਰੇ ਜ਼ੋਰ ਨੇ ਕੰਮ ਨਹੀਂ ਕੀਤਾ, ਤੂੰ ਆਪਣੀ ਮਰਜ਼ੀ ਦੇ ਮੁਤਾਬਕ ਜਗਤ 'ਤੇ ਆਇਆ ਨਹੀਂ, ਇਤਨੀ ਵੱਡੀ ਘਟਨਾ ਤੇਰੇ ਹੱਥਾਂ 'ਚ ਨਹੀਂ। ਔਰ ਯਾਦ ਰੱਖ ਦੂਜੀ ਸਭ ਤੋਂ ਵੱਡੀ ਘਟਨਾ, ਕਿਉਂਕਿ ਜਨਮ ਦਾ ਦੂਸਰਾ ਸਿਰਾ ਹੈ ਮਰਨ, ਉਹ ਵੀ ਤੇਰੇ ਹੱਥ 'ਚ ਨਹੀਂ। ਔਰ ਜਨਮ ਤੇ ਮਰਨ ਦੇ ਵਿਚਕਾਰ ਹੈ ਜੀਵਣਾ, ਇਹ ਵੀ ਤੇਰੇ ਹੱਥ ਵਿੱਚ ਨਹੀਂ। ਜਪ ਤਪ ਕਰਕੇ, ਸਤਸੰਗ ਕਰਕੇ, ਬਾਣੀ ਪੜ੍ਹ ਕੇ, ਅਭਿਆਸ ਕਰਕੇ ਇਸ ਗੱਲ ਦੀ ਸਮਝ ਆ ਜਾਏ ਤੇ ਸਮਝ ਲਓ ਉਸ ਮਨੁੱਖ ਨੇ ਜੀਵਨ ਦੀ ਸਿਖਰਤਾ ਨੂੰ ਛੂ ਲਿਆ। ਤੋ ਮਹਾਰਾਜ ਕਹਿੰਦੇ ਨੇ ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ।
ਮਨ ਦੇ ਚ ਇਹ ਰਾਜ ਮਾਲ ਦਾ ਧਨ ਸੰਪਦਾ ਦਾ ਜੋ ਸ਼ੋਰ ਸ਼ਰਾਬਾ, ਮੇਰੇ ਕੋਲ ਇਹ ਚੀਜ਼ ਹੋਵੇ, ਮੇਰੇ ਕੋਲ ਉਹ ਵਸਤੂ ਹੋਵੇ, ਮੇਰੇ ਕੋਲ ਉਹ ਹੋਣਾ ਚਾਹੀਦਾ, ਮੇਰੇ ਕੋਲ ਉਹ ਹੋਣਾ ਚਾਹੀਦਾ, ਅਭਿਆਸੀ ਬੰਦੇ ਨੂੰ ਸਮਝ ਪੈ ਜਾਂਦੀ ਹੈ ਇਹਦੇ 'ਚ ਮੇਰੀ ਸ਼ਕਤੀ ਕੰਮ ਨਹੀਂ ਕਰ ਰਹੀ, ਮੇਰਾ ਜ਼ੋਰ ਨਹੀਂ ਹੈ, ਮੈਂ ਆਪਣੇ ਜ਼ੋਰ ਨਾਲ ਨਹੀਂ ਕਰ ਰਿਹਾ, ਇਹ ਵੀ ਪ੍ਰਭੂ ਦਾ ਜ਼ੋਰ ਹੈ। ਅਗਰ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ ਲੋਕਾਂ ਦੇ ਮਨ ਵਿੱਚ ਪਰਿਪੂਰਨ ਪਰਮਾਤਮਾ ਨਾ ਪੈਦਾ ਕਰਦਾ ਤੇ ਜਗਤ ਵਿੱਚ ਕੁਝ ਬਣਨਾ ਵੀ ਨਹੀਂ ਸੀ। ਇਹ ਠੀਕ ਹੈ ਕਿ ਸੰਤੋਸ਼ ਇੱਕ ਬਹੁਤ ਵੱਡੀ ਦੌਲਤ ਹੈ, ਬਹੁਤ ਵੱਡੀ ਦੌਲਤ ਹੈ, ਲੇਕਿਨ ਤ੍ਰਿਸ਼ਨਾ ਤੇ ਅਸੰਤੋਸ਼ ਵੀ ਕੁਝ ਘੱਟ ਨਹੀਂ ਹੈ। ਉਸਨੇ ਮਨੁੱਖ ਨੂੰ ਤਾਮੀਰ ਕਰਨ ਦਿੱਤੇ ਮਜਬੂਰ ਕੀਤਾ। ਇਹ ਠੀਕ ਹੈ ਕਿ ਫੁੱਲ ਅਤਿਅੰਤ ਖੂਬਸੂਰਤ ਨੇ ਔਰ ਕੀਮਤੀ ਨੇ, ਲੇਕਿਨ ਇਹ ਵੀ ਮੰਨਣਾ ਪਏਗਾ ਕਿ ਖਾਦ ਵੀ ਨਕਾਰਾ ਨਹੀਂ ਹੈ, ਜੋ ਬਦਬੂਦਾਰ ਹੈ, ਗੰਦੀ ਹੈ, ਉਹਨਾਂ ਕਰਕੇ ਹੀ ਫੁੱਲ ਖਿੜਦੇ ਨੇ। ਇਹ ਠੀਕ ਹੈ ਕਿ ਫੁੱਲ ਕੋਮਲ ਨੇ, ਲੇਕਿਨ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਾ ਬੀਜ ਬੜਾ ਕਠੋਰ ਹੈ, ਬਹੁਤ ਕਠੋਰ ਹੈ। ਇਸ ਗੱਲ ਦੀ ਜਦ ਅਭਿਆਸੀ ਨੂੰ ਸਮਝ ਪੈ ਜਾਂਦੀ ਹੈ ਕਿ ਤ੍ਰਿਸ਼ਨਾ ਤੋਂ ਸੰਤੋਖ ਪੈਦਾ ਹੁੰਦਾ, ਕ੍ਰੋਧ ਤੋਂ ਨਿਰਮਾਣਤਾ ਜਨਮ ਲੈਂਦੀ ਹੈ, ਲੋਭ ਤੋਂ ਦਾਨ ਦੀਆਂ ਬਿਰਤੀਆਂ ਉਜਾਗਰ ਹੁੰਦੀਆਂ ਨੇ, ਝੂਠ ਦੇ ਬੋਝ ਤੋਂ ਤੰਗ ਆ ਕੇ ਹੀ ਸੱਚਾਈ ਦਾ ਜਨਮ ਆਉਂਦਾ ਹੈ, ਔਰ ਸਿਮਰਨ ਦੀ ਸਿਖਰਤਾ ਅਗਰ ਇਹ ਬੋਧ ਕਰਾ ਦੇਵੇ ਤਾਂ ਸਮਝ ਲਓ ਸਿਮਰਨ ਦਾ ਫਲ ਮਨੁੱਖ ਦੀ ਝੋਲੀ ਵਿੱਚ ਪੈ ਗਿਆ। ਮਹਾਰਾਜ ਕਹਿੰਦੇ ਨੇ ਜੋਰ ਨਾ ਰਾਜ ਮਾਲ ਮਨ ਸ਼ੋਰ, ਮਨ ਵਿੱਚ ਜੇ ਰਾਜ ਮਾਲ ਦਾ ਸ਼ੋਰ ਹੈ, ਧਨ ਸੰਪਦਾ ਦਾ ਸ਼ੋਰ ਹੈ, ਮੇਰੇ ਕੋਲ ਇਹ ਚਾਹੀਦਾ, ਮੇਰੇ ਕੋਲ ਇਹ ਚਾਹੀਦਾ, ਮਹਾਰਾਜ ਕਹਿੰਦੇ ਇਹ ਵੀ ਮਨੁੱਖ ਆਪਣੀ ਮਰਜ਼ੀ ਦੇ ਨਾਲ ਸ਼ੋਰ ਸਮਾਪਤ ਨਹੀਂ ਕਰ ਸਕਦਾ, ਖਾਮੋਸ਼ ਨਹੀਂ ਹੋ ਸਕਦਾ, ਚੱਲਦਾ ਹੀ ਰਹੇਗਾ, ਇਹ ਵੀ ਚੱਲਦਾ ਹੀ ਰਹੇਗਾ। ਜੋਰ ਨਾ ਸੁਰਤੀ ਗਿਆਨ ਵਿਚਾਰ, ਮਨ ਦੀ ਇਕਾਗਰਤਾ ਦੇ ਉੱਤੇ ਵੀ ਮਨੁੱਖ ਦਾ ਆਪਣਾ ਜ਼ੋਰ ਨਹੀਂ ਹੈ। ਬੰਦਾ ਇਹ ਚਾਹੇ ਕਿ ਮੈਂ ਆਪਣੀ ਤਾਕਤ ਦੇ ਨਾਲ ਅੱਜ ਮਨ ਨੂੰ ਟਿਕਾ ਲੈਣਾ ਹੈ, ਇਕਾਗਰ ਕਰ ਲੈਣਾ, ਸਾਹਿਬ ਕਹਿੰਦੇ ਐਸਾ ਨਹੀਂ ਹੋ ਸਕਦਾ। ਮਨੁੱਖ ਜ਼ੋਰ ਦੇ ਨਾਲ ਗਿਆਨ ਨਹੀਂ ਪ੍ਰਾਪਤ ਕਰ ਸਕਦਾ ਆਪਣੀ ਤਾਕਤ ਨਾਲ, ਔਰ ਨਾ ਹੀ ਪਰਮਾਤਮਾ ਦੀ ਜਿਹੜੀ ਵਿਚਾਰ ਹੈ ਇਹ ਸ਼ਕਤੀ ਨਾਲ ਜ਼ੋਰ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਹਿਬ ਕਹਿੰਦੇ ਨੇ ਇਹ ਤੇ ਇੱਕ ਦਾਤ ਹੈ, ਮਨੁੱਖ ਦੇ ਜ਼ੋਰ ਤੋਂ ਪਰੇ ਦੀ ਗੱਲ ਹੈ, ਕਿਉਂਕਿ ਮਨੁੱਖ ਦੇ ਕੋਲ ਜੋ ਜਨਮ ਤੇ ਮਰਨ ਹੈ ਉਹਦੇ ਉੱਤੇ ਇਸਦਾ ਜ਼ੋਰ ਨਹੀਂ, ਤੇ ਬਾਕੀ ਕਿਸ ਕਿਰਿਆ ਦੇ ਉੱਤੇ ਇਸਦਾ ਜ਼ੋਰ ਚੱਲੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਉਕਤੀਆਂ ਤੇ ਜੁਗਤੀਆਂ ਦੇ ਵਿੱਚ ਵੀ ਮਨੁੱਖ ਦਾ ਆਪਣਾ ਜ਼ੋਰ ਕੰਮ ਨਹੀਂ ਕਰਦਾ, ਵਰਨਾ ਹਰ ਬੰਦਾ ਉਕਤੀਆਂ ਤੇ ਜੁਗਤੀਆਂ ਨੂੰ ਹਾਸਲ ਕਰਕੇ ਤੇ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦਾ। ਦੇਖਣ ਵਿੱਚ ਆਇਆ ਹੈ ਇੱਕ ਘਰ ਬਾਰ ਨੂੰ ਤਿਆਗ ਦਿੰਦਾ ਹੈ, ਲੇਕਿਨ ਆਸ਼ਰਮ ਬਣਾ ਦਿੰਦਾ ਹੈ। ਘਰ ਦਾ ਬੰਧਨ ਟੁੱਟਿਆ, ਆਸ਼ਰਮ ਦਾ ਬੰਧਨ ਪੈ ਗਿਆ। ਪਰਿਵਾਰ ਦਾ ਬੰਧਨ ਟੁੱਟਿਆ, ਚੇਲਿਆਂ ਦਾ ਬੰਧਨ ਪੈ ਗਿਆ। ਲੋਕ ਦਾ ਬੰਧਨ ਟੁੱਟਿਆ, ਪਰਲੋਕ ਦਾ ਬੰਧਨ ਪੈ ਗਿਆ। ਔਰ ਲੋਕ ਦੇ ਸ਼ਰਾਬ ਨਹੀਂ ਪੀਣੀ, ਪਰਲੋਕ ਦੇ ਸੋਮਰਸ ਪੀਆਂਗੇ। ਲੋਕ ਦੇ ਸਦਾਚਾਰੀ ਬਣਨਾ ਹੈ ਤਾਂ ਕਿ ਪਰਲੋਕ ਦੇ ਅਪਸਰਾਂ ਦੇ ਨਾਲ ਨਿਰਤ ਕਰ ਸਕੀਏ ਔਰ ਪਰੀਆਂ ਦੀ ਮਹਿਫਿਲ ਦੇ ਬੈਠ ਸਕੀਏ। ਇਕਬਾਲ ਨੇ ਇੱਥੇ ਆ ਕੇ ਕਹਿ ਦਿੱਤਾ ਹੈ, ਕਹਾਂ ਲੈ ਜਾਊਂ ਦਿਲ ਦੋਨੋਂ ਜਹਾਂ ਮੇਂ ਇਸਕੀ ਮੁਸ਼ਕਿਲ ਹੈ, ਯਹਾਂ ਪਰੀਓਂ ਕਾ ਮਜਮਾ ਹੈ ਵਹਾਂ ਹੂਰੋਂ ਕੀ ਮਹਿਫਿਲ ਹੈ।
ਮਨੁੱਖ ਦੀ ਕਲਪਨਾ ਤੇ ਦੇਖੋ। ਇੱਥੇ ਸਦਾਚਾਰੀ ਇਸ ਵਾਸਤੇ ਬਣਨਾ ਚਾਹੁੰਦਾ ਹੈ ਕਿ ਪ੍ਰਲੋਕ ਵਿੱਚ ਦੁਰਾਚਾਰੀ ਹੋ ਸਕੇ। ਇੱਥੇ ਸ਼ਰਾਬ ਦੇ ਜਾਮ ਨੂੰ ਇਸ ਵਾਸਤੇ ਤੋੜਨਾ ਚਾਹੁੰਦਾ ਹੈ ਕਿ ਉੱਥੇ ਅੰਗੂਰੀ ਸ਼ਰਾਬ ਦੇ ਚਸ਼ਮਿਆਂ ਵਿੱਚ ਇਹ ਇਸ਼ਨਾਨ ਕਰ ਸਕੇ। ਇੱਥੇ ਥੋੜੇ ਜਿਹਾ ਧਨ ਨੂੰ ਇਸ ਵਾਸਤੇ ਛੋੜਨਾ ਚਾਹੁੰਦਾ ਹੈ ਤਾਂ ਕਿ ਉੱਥੇ ਕੰਚਨ ਦੇ ਮਹਿਲ ਜੋ ਹੀਰੇ ਤੇ ਮੋਤੀਆਂ ਨਾਲ ਜੜਤ ਨੇ ਉਹ ਪ੍ਰਾਪਤ ਹੋ ਸਕਣ। ਇੱਥੇ ਹੀ ਆ ਕੇ ਮੁਸਲਿਮ ਸ਼ਾਇਰ ਡਾਕਟਰ ਇਕਬਾਲ ਨੇ ਕਰਾਰੀ ਚੋਟ ਕਰ ਦਿੱਤੀ ਹੈ। ਬਹਿਸਤ ਹੋਰੋ ਗਿਲਮਾ ਇਵਜ਼ੇ ਤਾਇਤ ਮੈਂ ਨਾ ਮਾਨੂੰਗਾ ਇਨਹੀ ਬਾਤੋਂ ਸੇ ਐ ਵਾਇਜ ਜ਼ਈਫ ਇਮਾਨ ਹੋਤਾ ਹੈ। ਐ ਵਾਇਜ ਤੂੰ ਤੇ ਇਮਾਨ ਨੂੰ ਜ਼ਈਫ ਕਰ ਛੱਡਿਆ, ਕਮਜ਼ੋਰ ਕਰ ਛੱਡਿਆ। ਨਮਾਜ਼ ਪੜ੍ਹ ਰਿਹਾ ਹੈ, ਇਬਾਦਤ ਕਰ ਰਿਹਾ ਹੈ, ਖੁਦਾ ਦੀ ਬੰਦਗੀ ਕਰ ਰਿਹਾ ਹੈ, ਮੈਂ ਇਸ ਵਾਸਤੇ ਕਿ ਹੂਰਾਂ ਮਿਲਣ, ਅੰਗੂਰੀ ਸ਼ਰਾਬ ਮਿਲੇ, ਜੰਨਤ ਵਿੱਚ ਗਲਮਾ ਮਿਲਣ, ਧਨ ਸੰਪਦਾ ਮਿਲੇ। ਤੂੰ ਤੇ ਪ੍ਰਲੋਕ ਨੂੰ ਵੀ ਬਾਜ਼ਾਰ ਬਣਾ ਦਿੱਤਾ, ਤੂੰ ਤੇ ਇਮਾਨ ਨੂੰ ਵੀ ਜ਼ਈਫ ਕਰ ਛੱਡਿਆ, ਕਮਜ਼ੋਰ ਕਰ ਛੱਡਿਆ। ਤੂੰ ਦੇਖਣ ਵਿੱਚ ਆਇਆ ਹੈ ਕਿ ਮਨੁੱਖ ਕਈ ਦਫ਼ਾ ਲੋਕ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ, ਪ੍ਰਲੋਕ ਦੇ ਬੰਧਨ ਪੈ ਜਾਂਦੇ, ਬੱਚਿਆਂ ਨੂੰ ਛੱਡ ਦਿੰਦਾ, ਚੇਲਿਆਂ ਦੇ ਬੰਧਨ ਪੈ ਜਾਂਦੇ, ਘਰ ਨੂੰ ਛੱਡ ਦਿੰਦਾ, ਆਸ਼ਰਮ ਦੇ ਬੰਧਨ ਪੈ ਜਾਂਦੇ ਨੇ। ਇੱਥੇ ਇੱਕ ਇਸਤਰੀ ਛੱਡ ਦਿੰਦਾ ਹੈ, ਉੱਥੇ ਹੋਰਾਂ ਦੇ ਬੰਧਨ, ਕਲਪਨਾ ਦੀ ਹੋਰਾਂ ਦੇ ਬੰਧਨ ਆਪਣੇ ਆਲੇ ਦੁਆਲੇ ਸਹੇੜ ਲੈਂਦਾ। ਔਰ ਸਿਆਣੇ ਦਾਰਸ਼ਨਿਕ ਲੋਕਾਂ ਨੇ ਕਹਿ ਦਿੱਤਾ ਹੈ ਕਿ ਇਹ ਵੀ ਮਨੁੱਖ ਦੀ ਵਾਸ਼ਨਾ ਹੈ ਕਿ ਜੋ ਕੁਛ ਲੋਕ ਦੇ ਵਿੱਚ ਨਹੀਂ ਮਿਲ ਸਕਿਆ, ਨਹੀਂ ਪ੍ਰਾਪਤ ਹੋ ਸਕਦਾ, ਉਹਨੂੰ ਪ੍ਰਲੋਕ ਦੇ ਪ੍ਰਾਪਤ ਕੀਤਾ ਜਾਏ। ਗਾਲਬ ਨੇ ਕਦੀ ਤੇ ਤਨਜ਼ੀ ਲੈ ਕਹਿ ਦਿੱਤਾ ਹੈ, ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਬ ਯੇ ਖਿਆਲ ਅੱਛਾ ਹੈ। ਤੋ ਸਾਹਿਬ ਕਹਿੰਦੇ ਜੋਰ ਨਾ ਜੁਗਤੀ ਛੁਟੇ ਸੰਸਾਰ, ਮਨੁੱਖ ਆਪਣੀ ਯੁਗਤੀ ਦੇ ਨਾਲ ਸੰਸਾਰ ਦੇ ਬੰਧਨ ਤੋੜ ਨਹੀਂ ਸਕਦਾ। ਦੇਖਣ ਵਿੱਚ ਆਇਆ ਜਿਨ੍ਹਾਂ ਨੇ ਦਾਅਵੇ ਨਾਲ ਸੰਸਾਰ ਦੇ ਬੰਧਨ ਤੋੜੇ ਉਹਨਾਂ ਨੇ ਪ੍ਰਲੋਕ ਦੇ ਬੰਧਨ ਆਪਣੇ ਪੈਰਾਂ 'ਚ ਪਾ ਲਏ ਔਰ ਪਹਿਲੇ ਨਾਲੋਂ ਵੀ ਜ਼ਿਆਦਾ ਦ੍ਰਿਫਤ ਵਿੱਚ ਆ ਗਏ, ਪਕੜ ਵਿੱਚ ਆ ਗਏ। ਮਹਾਰਾਜ ਕਹਿੰਦੇ ਨਹੀਂ, ਇਹਦੇ 'ਚ ਵੀ ਮਨੁੱਖ ਦਾ ਜ਼ੋਰ ਕੰਮ ਨਹੀਂ ਕਰ ਸਕਦਾ ਔਰ ਮਨੁੱਖ ਆਪਣੇ ਜ਼ੋਰ ਦੇ ਨਾਲ ਉਗਤੀਆਂ ਯੁਗਤੀਆਂ ਹਾਸਲ ਕਰਕੇ ਜਗਤ ਦੇ ਬੰਧਨ ਤੋੜ ਨਹੀਂ ਸਕਦਾ। ਮਹਾਰਾਜ ਕਹਿੰਦੇ ਅਗਰ ਕੋਈ ਮਨੁੱਖ ਦਾਅਵਾ ਕਰੇ ਕਿ ਮੈਂ ਆਪਣੀ ਬੌਧਿਕ ਸ਼ਕਤੀ ਦੇ ਨਾਲ, ਸਰੀਰਕ ਬਲ ਦੇ ਨਾਲ ਸਭ ਕੁਛ ਹਾਸਲ ਕਰ ਸਕਦਾ, ਸਾਹਿਬ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਹੈ ਕਿਸੇ ਕੋਲ ਜ਼ੋਰ ਤੇ ਕਰਕੇ ਵੇਖ ਲਵੇ, ਮੈਨੂੰ ਦਿਖਾ ਦੇਵੇ ਕਿ ਜ਼ੋਰ ਨਾਲ ਕੋਈ ਗਿਆਨੀ ਬਣ ਸਕਦਾ, ਜ਼ੋਰ ਨਾਲ ਕੋਈ ਭਗਤ ਬਣ ਸਕਦਾ, ਜ਼ੋਰ ਨਾਲ ਆਪਣਾ ਕੋਈ ਰੰਗ ਰੂਪ ਮਨੁੱਖ ਬਦਲ ਸਕਦਾ, ਜ਼ੋਰ ਨਾਲ ਕੋਈ ਮਨੁੱਖ ਆਪਣਾ ਸੁਭਾਅ ਬਦਲ ਸਕਦਾ, ਜਾਂ ਜ਼ੋਰ ਦੇ ਨਾਲ ਜਨਮ ਤੇ ਮਰਨ ਦੇ ਬੰਧਨ ਦੇ ਇਹ ਜਿਹੜੇ ਗੇੜੇ ਨੇ ਇਹਨਾਂ ਨੂੰ ਤੋੜ ਸਕਦਾ। ਸਾਹਿਬ ਕਹਿੰਦੇ ਨੇ ਸਭ ਕੁਛ ਦੇ ਜੇ ਮਨੁੱਖ ਦਾ ਜ਼ੋਰ ਨਹੀਂ ਕੰਮ ਕਰ ਰਿਹਾ ਤੇ ਇਹ ਮਨੁੱਖ ਤੂੰ ਉਸ ਅਨੁਭਵ ਨੂੰ ਪ੍ਰਾਪਤ ਕਰ ਜਿਸ ਦਾ ਜ਼ੋਰ ਸਭ ਥਾਂ ਤੇ ਚੱਲ ਰਿਹਾ ਤੇ ਜਿਸ ਦੇ ਜ਼ੋਰ ਦੇ ਨਾਲ ਸਭ ਕੁਛ ਹੋ ਰਿਹਾ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਹੈ ਕਿਸੇ ਦੇ ਹੱਥਾਂ ਦੇ ਜ਼ੋਰ ਤਾਂ ਫਿਰ ਉਹ ਆਪਣੇ ਜ਼ੋਰ ਦੇ ਨਾਲ ਪ੍ਰਾਪਤ ਕਰ ਲਵੇ। ਸਾਹਿਬ ਕਹਿੰਦੇ ਕਿਸੇ ਦੇ ਹੱਥ ਦੇ ਜੀ ਇਸ ਢੰਗ ਦਾ ਜ਼ੋਰ ਨਹੀਂ ਹੈ। ਨਾਨਕ ਉੱਤਮ ਨੀਚ ਨਾ ਕੋਏ। ਜਦ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਜ਼ੋਰ ਤੇ ਪਰਮਾਤਮਾ ਦਾ ਹੈ ਤਾਂ ਮਨੁੱਖ ਕਹਿ ਉੱਠਦਾ ਹੈ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ। ਖਾਦ ਗੰਦੀ ਜ਼ਰੂਰ ਹੈ, ਬਦਬੋਦਾਰ ਜ਼ਰੂਰ ਹੈ, ਪਰ ਇਹ ਨਾ ਹੋਵੇ ਤੇ ਸੁਗੰਧਤ ਫੁੱਲਾਂ ਦਾ ਜਨਮ ਨਹੀਂ ਹੁੰਦਾ,
ਇਸ ਵਾਸਤੇ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਇਸ ਤਰ੍ਹਾਂ ਦੀ ਭਾਵ ਦਸ਼ਾ ਜਿਸ ਦਿਨ ਬਣਦੀ ਹੈ ਉਸੇ ਨੂੰ ਕਹਿੰਦੇ ਨੇ ਇਹ ਭਗਤ ਹੈ, ਇਹ ਬ੍ਰਹਮ ਗਿਆਨੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਅਸੀਂ ਚੰਗੇ ਨਹੀਂ ਹਾਂ ਤੇ ਜਗਤ ਦੇ ਕੋਈ ਬੁਰਾ ਨਹੀਂ ਹੈ। ਕੋਈ ਬੁਰਾ ਦਿਖਾਈ ਦੇ ਰਿਹਾ ਤੇ ਆਪਣੇ ਆਪ ਨੂੰ ਮਨੁੱਖ ਚੰਗਾ ਸਮਝ ਰਿਹਾ, ਇਹਨੂੰ ਕਹਿੰਦੇ ਨੇ ਸੰਸਾਰੀ ਬਿਰਤੀ। ਕੋਈ ਚੰਗਾ ਨਹੀਂ ਹੈ, ਕੋਈ ਉੱਤਮ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ, ਕੋਈ ਚੇਲਾ ਨਹੀਂ ਹੈ, ਕੋਈ ਠਾਕਰ ਨਹੀਂ ਹੈ, ਸਭ ਸਮਾਨ ਨੇ। ਇਹਨੂੰ ਕਹਿੰਦੇ ਨੇ ਬ੍ਰਹਮ ਦ੍ਰਿਸ਼ਟੀ, ਅਕਾਲ ਦ੍ਰਿਸ਼ਟੀ। ਹੁਣ ਇਹਨੂੰ ਸੱਚ ਦੀ ਸਮਝ ਪੈ ਗਈ ਹੈ, ਪਰ ਕੁਛ ਬੁਰਾ ਬੁਰਾ ਦਿਖਾਈ ਦੇ ਰਿਹਾ ਹੈ ਤਾਂ ਐਸਾ ਕਿ ਮਨੁੱਖ ਦੇ ਅੰਦਰ ਅਜੇ ਬੁਰਾਈ ਪਈ ਹੈ। ਉਹ ਅੰਦਰ ਦੀ ਬੁਰਾਈ ਦਰਅਸਲ ਬਾਹਰ ਪ੍ਰਗਟ ਹੋ ਰਹੀ ਹੈ, ਜਿਸ ਦੇ ਆਸਰੇ ਤੇ ਜਗਤ ਵਿੱਚ ਅਨੇਕਾਂ ਹੀ ਬੁਰਾਈਆਂ ਤੇ ਖਾਮੀਆਂ ਦਿਖਾਈ ਦੇ ਰਹੀਆਂ ਨੇ। ਉਰਦੂ ਦੇ ਪ੍ਰਸਿੱਧ ਦਾਰਸ਼ਨਿਕ ਕਵੀ ਤੇ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਦਾ ਐਸਾ ਕਹਿਣਾ ਹੈ, ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ, ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੇਂ ਕੋਈ ਬੁਰਾ ਨਾ ਰਹਾ। ਜ਼ਫਰ ਆਦਮੀ ਉਸਕੋ ਨਾ ਜਾਣੀਏਗਾ, ਹੋਵੋ ਕਿਤਨਾ ਹੀ ਆਲਮ ਫੈਜ਼ੋ ਜ਼ਕਾ, ਜਿਸੇ ਐਸ ਮੇਂ ਯਾਦੇ ਖੁਦਾ ਨਾ ਰਹੀ, ਜਿਸੇ ਤੈਸ ਮੇਂ ਖੌਫੇ ਖੁਦਾ ਨਾ ਰਹਾ। ਜ਼ਫਰ ਕਹਿੰਦੇ ਨੇ, ਕਿਤਨੇ ਚਿਰ ਤੱਕ ਮੈਂ ਦੇਖਦਾ ਸੀ ਜਗਤ ਵਿੱਚ ਇਹ ਬੁਰਾ ਹੈ, ਇਹ ਬੁਰਾ ਹੈ, ਇਹ ਐਦੀ ਹੈ, ਇਹ ਦੋਖੀ ਹੈ, ਇਹ ਨੀਵਾਂ ਹੈ, ਇਹ ਨੀਚ ਹੈ। ਉਤਨੇ ਚਿਰ ਤੱਕ ਮੈਂ ਆਪਣੇ ਆਪ ਨੂੰ ਵੇਖਣ ਵਿੱਚ ਅਸਮਰਥ ਰਿਹਾ, ਤੇ ਜਿਸ ਦਿਨ ਮੈਂ ਆਪਣੀਆਂ ਖਾਮੀਆਂ ਵੇਖੀਆਂ, ਆਪਣੀਆਂ ਬੁਰਾਈਆਂ ਵੇਖੀਆਂ, ਤੇ ਮੈਨੂੰ ਪਤਾ ਚੱਲਿਆ ਕਿ ਮੈਂ ਆਪਣੀਆਂ ਬੁਰਾਈਆਂ ਕਰਕੇ ਹੀ ਜਗਤ ਨੂੰ ਬੁਰਾ ਬੁਰਾ ਵੇਖ ਰਿਹਾ, ਆਪਣੀਆਂ ਬਦੀਆਂ ਕਰਕੇ ਹੀ ਜਗਤ ਨੂੰ ਬੁਰਾ ਬੁਰਾ ਤੇ ਵੱਧ ਵੇਖ ਰਿਹਾ। ਸੰਸਾਰ ਵਿੱਚ ਬਦੀਆਂ ਦਿਖਾਈ ਦੇ ਰਹੀਆਂ ਨੇ, ਇਹ ਮਨੁੱਖ ਤੂੰ ਬੁਰਾ ਹੈ, ਤੂੰ ਵੱਧ ਹੈ। ਜਿਸ ਦਿਨ ਮਨੁੱਖ ਨੇਕ ਹੋ ਜਾਂਦਾ, ਜਿਸ ਦਿਨ ਮਨੁੱਖ ਦਾ ਹਿਰਦਾ ਸਾਫ਼ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਉਸ ਦਿਨ ਮਨੁੱਖ ਕਹਿ ਉੱਠਦਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਉਸ ਦਿਨ ਮਨੁੱਖ ਦੀ ਰਚਨਾ ਤੋਂ ਇਹ ਵਾਕ ਨਿਕਲਦੇ ਨੇ, ਸਵੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਸ ਦਿਨ ਮਨੁੱਖ ਦੀ ਜ਼ਬਾਨ ਤੋਂ ਇਹ ਮਧੁਰ ਵਾਕ ਨਿਕਲਦੇ ਨੇ, ਫਰੀਦਾ ਖਾਲਕ ਖਲਕ, ਖਲਕ ਵਸੇ ਰਬ ਮਾਏ, ਇਹ ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੋਈ ਨਾ। ਬਾਬਾ ਫਰੀਦ ਕਹਿੰਦੇ, ਮੈਂ ਕਿਸ ਨੂੰ ਬੁਰਾ ਆਖਾਂ, ਸਭ ਖੁਦਾ ਹੈ, ਸਭ ਅਕਾਲ ਹੈ, ਸਭ ਪਰਿਪੂਰਨ ਪਰਮਾਤਮਾ ਹੈ। ਬਾਬਾ ਫਰੀਦ ਆਪ ਕਹਿੰਦੇ ਨੇ, ਭਾਵੇਂ ਜਗਤ ਮੈਨੂੰ ਫਕੀਰ ਫਕੀਰ ਕਹਿ ਰਿਹਾ, ਪਰ ਮੈਂ ਫਕੀਰ ਨਹੀਂ ਹਾਂ, ਮੈਂ ਤੇ ਗੁਨਾਹਾਂ ਨਾਲ ਭਰਿਆ ਹੋਇਆ, ਕਾਲੇ ਮੈਦੇ ਕੱਪੜੇ, ਕਾਲਾ ਮੈਦਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇ। ਇਹ ਦ੍ਰਿਸ਼ਟੀ ਦਰਵੇਸ਼ ਦੀ ਹੈ, ਇਹ ਦ੍ਰਿਸ਼ਟੀ ਭਗਤ ਦੀ ਹੈ, ਇਹ ਦ੍ਰਿਸ਼ਟੀ ਸੰਤ ਦੀ ਹੈ। ਉਹ ਕਹਿ ਉੱਠਦਾ ਹੈ ਕਿ ਮੇਰੇ ਹੱਥ ਵਿੱਚ ਕੁਛ ਨਹੀਂ ਹੈ। ਇਸ ਅਵਸਥਾ ਤੱਕ ਜੋ ਪਹੁੰਚਿਆ, ਯਕੀਨ ਜਾਣੋ ਪਰਮਾਤਮਾ ਦੇ ਹੱਥਾਂ ਵਿੱਚ ਆਉਂਦਾ, ਤੇ ਜਿਹੜਾ ਕਹਿ ਦਿੰਦਾ ਮੇਰੇ ਹੱਥ ਦੇ ਸਭ ਕੁਛ ਹੈ, ਪਰਮਾਤਮਾ ਦੇ ਹੱਥਾਂ ਤੋਂ ਦੂਰ ਚਲਿਆ ਜਾਂਦਾ ਤੇ ਆਪਣੇ ਹੱਥ ਵੀ ਖਾਲੀ ਕਰ ਬੈਠਦਾ, ਸਿਵਾਏ ਦੁੱਖ ਤੇ ਕਰੂਪਤਾ ਤੋਂ ਉਸਦੀ ਝੋਲੀ ਦੇ ਵਿੱਚ ਹੋਰ ਕੁਛ ਨਹੀਂ ਆਉਂਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਜਿਸ ਦਿਨ ਮਨੁੱਖ ਇਸ ਅਸਥਾਨ ਤੇ ਅਪੜਦਾ ਹੈ ਕਿ ਮੇਰੇ ਹੱਥ ਵਿੱਚ ਕੁਛ ਨਹੀਂ,
ਉਸ ਦਿਨ ਉਸ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ, ਨਾਨਕ ਉੱਤਮ ਨੀਚ ਨਾ ਕੋਇ। ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ, ਕੋਈ ਨੀਵਾਂ ਨਹੀਂ, ਕੋਈ ਵੱਡਾ ਨਹੀਂ, ਕੋਈ ਦਾਤਾ ਨਹੀਂ, ਕੋਈ ਮੰਗਤਾ ਨਹੀਂ। ਸਭ ਈਸ਼ਵਰ ਹੈ, ਸਭ ਅਕਾਲ ਪੁਰਖ ਹੈ, ਸਭ ਤੋਂ ਹੀ ਹੈ, ਸਭ ਤੋਂ ਹੀ ਹੈ। ਦਰਅਸਲ ਇਹ ਅਹੰਕਾਰ ਦੀ ਭਾਸ਼ਾ ਹੈ ਕਿ ਮੈਂ ਹਾਂ, ਮੈਂ ਹਾਂ। ਔਰ ਇਹ ਨਿਰੰਕਾਰ ਦੇ ਬਚਨ ਨੇ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਇਹ ਬੋਲ ਜਿਸ ਦਿਨ ਰਚਨਾ ਉਚਾਰਨ ਕਰੇ ਔਰ ਹਿਰਦੇ ਦੇ ਗਹਿਰੇ ਤਲ ਤੋਂ ਨਿਕਲਣ, ਸਮਝ ਲਓ ਮਨੁੱਖ ਪਰਮਾਤਮਾ ਵਿੱਚ ਲੀਨ ਹੋ ਗਏ। ਮੈਂ ਹਾਂ ਔਰ ਇਹ ਨਿਰੰਕਾਰ ਦੇ ਬਚਨ ਨੇ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਇਹ ਬੋਲ ਜਿਸ ਦਿਨ ਰਚਨਾ ਉਚਾਰਨ ਕਰੇ ਔਰ ਹਿਰਦੇ ਦੇ ਗਹਿਰੇ ਤਲ ਤੋਂ ਨਿਕਲਣ, ਸਮਝ ਲਓ ਮਨੁੱਖ ਪਰਮਾਤਮਾ ਵਿੱਚ ਲੀਨ ਹੋ ਗਏ। ਮੈਂ ਹਾਂ ਔਰ ਇਹ ਨਿਰੰਕਾਰ ਦੇ ਬਚਨ ਨੇ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਇਹ ਬੋਲ ਜਿਸ ਦਿਨ ਰਚਨਾ ਉਚਾਰਨ ਕਰੇ ਔਰ ਹਿਰਦੇ ਦੇ ਗਹਿਰੇ ਤਲ ਤੋਂ ਨਿਕਲਣ, ਸਮਝ ਲਓ ਮਨੁੱਖ ਪਰਮਾਤਮਾ ਵਿੱਚ ਲੀਨ ਹੋ ਗਿਆ।